ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀ ਵੀ ਦੇ ਦੁਨੀਆ ਭਰ 'ਚ ਫੈਲੇ ਸਮੂਹ ਦਰਸ਼ਕਾਂ ਨੂੰ ਅੱਜ ਖਾਸ ਤੌਰ 'ਤੇ 1984 ਦੇ ਘੱਲੂਘਾਰੇ ਨਾਲ ਜੁੜ ਕੇ ਇੱਕ ਐਸੀ ਸ਼ਖਸੀਅਤ ਨਾਲ ਮਿਲਾਇਆ ਜਾ ਰਿਹਾ ਜਿਨ੍ਹਾਂ ਨੇ ਇਤਿਹਾਸ ਨੂੰ ਬੜੇ ਨੇੜੇ ਹੋ ਕੇ ਦੇਖਿਆ ਹੈ, ਇਤਿਹਾਸ ਨੂੰ ਹੰਡਾਇਆ ਹੈ ਅਤੇ ਉਸ ਇਤਿਹਾਸ ਦੀ ਪੀੜ ਨੂੰ ਮਹਿਸੂਸ ਕਰਕੇ ਉਹਦੇ ਬਾਰੇ ਲਿਖਿਆ ਵੀ ਹੈ। ਮੇਰੀ ਮੁਰਾਦ ਹੈ ਸਰਦਾਰ ਤਰਲੋਚਨ ਸਿੰਘ ਜੀ, ਜਿਹੜੇ ਨੈਸ਼ਨਲ ਮਨੋਰਟੀ ਕਮਿਸ਼ਨ ਗੌਰਮੈਂਟ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਵੀ ਰਹੇ ਹਨ, ਰਾਜ ਸਭਾ ਦੇ ਮੈਂਬਰ ਵੀ ਰਹੇ ਹਨ ਅਤੇ ਖਾਸ ਕਰਕੇ 1984 ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਉਹ ਪ੍ਰੈਸ ਸੈਕਟਰੀ ਸਨ, ਪ੍ਰੈਜੀਡੈਂਟ ਹੈ। ਔਰ ਆਪਾਂ ਜਾਣਦੇ ਹਾਂ ਕਿ ਉਹਨਾਂ ਦਿਨਾਂ ਦੇ ਵਿੱਚ ਪ੍ਰੈਜੀਡੈਂਟ ਵੀ ਰਾਸ਼ਟਰਪਤੀ ਵੀ ਸਿੱਖ ਸਨ, ਗਿਆਨੀ ਜੈਲ ਸਿੰਘ ਜੀ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਸਨ। ਪੰਜਾਬ ਦੀ ਹੀ ਨਹੀਂ ਦੁਨੀਆ ਭਰ ਦੀ ਸਿੱਖ ਸਿਆਸਤ ਨੂੰ ਉਹ ਸਮਝਦੇ ਸਨ, ਸਿੱਖ ਸੈਖੀ ਨੂੰ ਸਮਝਦੇ ਸਨ, ਸਿੱਖ ਸੰਵੇਦਨਸ਼ੀਲਤਾ ਨੂੰ ਵੀ ਸਮਝਦੇ ਸਨ। ਉਸ ਸਮੇਂ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਰਾਸ਼ਟਰਪਤੀ ਭਵਨ ਦੇ ਵਿੱਚ ਕਿਵੇਂ ਮਹਿਸੂਸਿਆ ਗਿਆ, ਕਿਵੇਂ ਸੰਵੇਦਨਸ਼ੀਲਤਾ ਨੂੰ ਹੰਡਾਇਆ ਗਿਆ, ਉਹਦੇ ਬਾਰੇ ਸਭ ਤੋਂ ਚਸ਼ਮਦੀਦ ਨੇੜੇ ਦੇ ਗਵਾਹ ਹਨ ਸਰਦਾਰ ਤਰਲੋਚਨ ਸਿੰਘ ਜੀ, ਜਿਨ੍ਹਾਂ ਦੇ ਕੋਲ ਆ ਕੇ ਅਸੀਂ ਬਿਰਾਜਮਾਨ ਹੋਏ ਹਾਂ। ਅਤੇ ਗੱਲ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਕਿ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਜਦੋਂ ਹਮਲਾ ਕੀਤਾ ਗਿਆ, ਬਲਿਊਸਟਾਰ ਆਪਰੇਸ਼ਨ ਹੋਇਆ, ਉਦੋਂ ਰਾਸ਼ਟਰਪਤੀ ਦੇ ਪ੍ਰੈਸ ਸੈਕਟਰੀ ਹੋਣ ਦੇ ਨਾਤੇ ਵੀ ਅਤੇ ਇੱਕ ਸੰਵੇਦਨਸ਼ੀਲ ਸਿੱਖ ਹੋਣ ਦੇ ਨਾਤੇ ਵੀ ਆਪ ਜੀ ਦੀਆਂ ਭਾਵਨਾਵਾਂ ਕਿਹੋ ਜਿਹੀਆਂ ਸਨ? ਦੇਖੋ, ਇਹ ਬਹੁਤ ਵੱਡੀ ਮਾੜੀ, ਇਸ ਤੋਂ ਵੱਡੀ ਮਾੜੀ ਘਟਨਾ ਹੋਰ ਨਹੀਂ ਸਕਦੀ। ਅਸੀਂ ਆਮ ਕਹਿੰਦੇ ਹਾਂ ਕਿ ਸਿੱਖ ਧਰਮ ਵਿੱਚ ਦੋ ਵਾਕਏ ਹੋਏ, ਇੱਕ ਹੋਇਆ ਅਬਦਾਲੀ ਦੇ ਟਾਈਮ, ਦੂਜਾ ਹੋਇਆ ਕਾਂਗਰਸ ਸਰਕਾਰ 1984। ਸੋ ਇਸ ਬਾਰੇ ਤਾਂ ਇਕੱਲਾ ਸਿੱਖ ਨਹੀਂ, ਹਰ ਦੁਨੀਆ ਦਾ ਗਾਡ ਫੀਰਿੰਗ ਮੈਨ, ਹਰ ਦੁਨੀਆ ਦਾ ਹਿਊਮਨ ਰਾਈਟਿਸਟ ਇਸ ਗੱਲ 'ਤੇ ਯੂਨੈਨੀਮਸ ਹੈ ਕਿ ਇਹ ਬਹੁਤ ਹੀ ਨਿੰਦੜਯੋਗ ਘਟਨਾ, ਜਿਹਦਾ ਕੋਈ ਐਕਸਕਿਊਜ਼ ਨਹੀਂ। ਕਿਉਂਕਿ ਗੌਰਮੈਂਟ ਆਫ ਇੰਡੀਆ ਹੈਜ਼ ਕਮ ਆਊਟ ਮੈਨੀ ਟਾਈਮਸ, ਈਵਨ ਏ ਵਾਈਟ ਪੇਪਰ ਅਫੀਸ਼ਲੀ, ਔਰ ਬੜਾ ਕੁਛ ਡਿਫੈਂਡ ਕੀਤਾ ਗਿਆ, ਬਟ ਪਬਲਿਕ ਨੇ ਅੱਜ ਤੱਕ ਇਹਨੂੰ ਐਕਸੈਪਟ ਨਹੀਂ ਕੀਤਾ ਕਿ ਗੌਰਮੈਂਟ ਵਰਸ਼ਨ ਕਿਸੇ ਲਿਹਾਜ਼ ਵੀ ਕਿਸੇ ਪਾਸੋਂ ਠੀਕ ਹੋ। ਦੇਖੋ, ਹੁਣ ਬੜੀ ਪੁਰਾਣੀ ਗੱਲ ਹੈ, 84 ਅੱਜ ਆਲਮੋਸਟ 27 ਸਾਲ ਓਕੇ, ਔਰ ਇਹ ਜੂਨ ਦਾ, ਜਿਵੇਂ ਆਪਾਂ ਅੱਜ ਮਈ 'ਚ ਬੈਠੇ ਹਾਂ, ਇਹੋ ਜਿਹੇ ਦਿਨ ਜਦੋਂ ਅੱਜ 84 ਦੇ ਇਸ ਵਾਰ ਆਲਮੋਸਟ ਲੀਡਿੰਗ ਟੂ ਕਲਾਈਮੈਕਸ, ਕਿਉਂਕਿ ਗੌਰਮੈਂਟ ਆਫ ਇੰਡੀਆ ਦੀਆਂ ਪ੍ਰੈਪਰੇਸ਼ਨ ਮੀਨ ਜਾਰੀ ਸਨ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਲੋਕਾਂ ਨੂੰ ਗਲਤ ਫਹਿਮੀ ਹੈ, ਮੈਂ ਉਹ ਪਹਿਲਾਂ ਦੂਰ ਕਰਦੇ ਹਾਂ, ਜਿਹੜਾ ਰਾਸ਼ਟਰਪਤੀ ਇੰਡੀਆ ਦਾ ਹੁੰਦਾ ਹੈ, ਕੋਈ ਉਹ ਕਾਗਜ਼ਾਂ 'ਚ ਲਿਖਿਆ ਜਾਂਦਾ ਕਿ ਸੁਪਰੀਮ ਆਰਮੀ ਦਾ ਹੈੱਡ ਹੈ, ਸੁਪਰੀਮ ਕਮਾਂਡਰ ਆਫ ਆਰਮੀ, ਇਹ ਕੁਛ ਨੂੰ ਇੱਕ ਦਿੱਤਾ ਗਿਆ, ਆਪਣਾ ਜੋ ਅਹੁਦਾ ਦਿੱਤਾ। ਬਿਲਕੁਲ, ਪਰ ਇਹ ਬੜਾ ਹੀ ਬੇਮਾਨੀ ਹੈ, ਜਿਹਦੇ ਰਾਸ਼ਟਰਪਤੀ ਨੂੰ ਇਹ ਵੀ ਪਾਵਰ ਨਹੀਂ ਕਿ ਕਿਸੇ ਉਹ ਫੌਜੀ ਨੂੰ ਬੁਲਾ ਵੀ ਸਕੇ ਜਾਂ ਕੁਛ ਕਰ ਸਕੇ, ਲੇਕਿਨ ਇੱਕ ਕਿਉਂਕਿ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਹੈ ਉਹ ਤੁਹਾਡੇ ਇੰਗਲੈਂਡ ਵਾਂਗੂ, ਜਿਵੇਂ ਕੁਵੀਨ ਹੈ ਇਵੇਂ ਰਾਸ਼ਟਰਪਤੀ ਸਾਹਿਬ, ਇਸ ਕਰਕੇ ਇਹ ਪਾਵਰਲੈਸ ਰਾਸ਼ਟਰਪਤੀ ਹੈ, ਕੁਛ ਨੂੰ ਕੋਈ ਐਡਮਿਨਿਸਟ੍ਰੇਟਿਵ ਅਧਿਕਾਰ ਇੰਡੀਆ 'ਚ ਹੈ ਨਹੀਂ, ਲੇਕਿਨ ਕਿਉਂਕਿ ਅਸੀਂ ਬ੍ਰਿਟੇਨ ਦੇ ਸਿਸਟਮ ਨੂੰ ਫਾਲੋ ਕੀਤਾ, ਇਸ ਕਰਕੇ ਰਾਸ਼ਟਰਪਤੀ ਰੱਖਿਆ ਜਿਵੇਂ ਤੁਸੀਂ ਕੁਵੀਨ ਰੱਖੀ, ਇਹਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ, ਨਾ ਐਡਮਿਨਿਸਟ੍ਰੇਟਿਵ ਅਧਿਕਾਰ ਹੈ, ਨਾ ਜੁਡੀਸ਼ੀਅਲ ਅਧਿਕਾਰ ਹੈ, ਤਿੰਨੋਂ ਅਧਿਕਾਰ ਨਹੀਂ। ਸੋ ਇਹ ਜੋ ਵਾਕਿਆ ਹੋਇਆ, ਇਹ ਪਹਿਲੀ ਗੱਲ, ਇਹ ਗਿਆਨੀ ਜੀ ਆਪ ਵੀ ਕਈ ਵਾਰੀ ਕਹਿ ਗਏ ਕਿ ਰਾਸ਼ਟਰਪਤੀ ਦੇ ਨਾਲਜ ਤੋਂ ਬਿਨਾਂ ਹੋਇਆ, ਐਂਡ ਹੀ ਵਾਜ਼ ਕੈਪਟ ਇਨ ਡਾਰਕ, ਕਿਉਂਕਿ ਜਿਤਨੀ ਅਸ਼ੋਰੈਂਸ ਇੰਦਰਾ ਗਾਂਧੀ ਜੀ ਸਾਡੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੀ ਹੀ ਰਹੀ ਕਿ ਮੈਂ ਇਹ ਕੰਮ ਨਹੀਂ ਕਰਾਂ, ਔਰ ਤੁਸੀਂ ਹੈਰਾਨ ਹੋ ਗਏ ਕਿ ਇੰਦਰਾ ਜੀ ਨੇ ਇੱਕ ਰੇਡੀਓ 'ਤੇ ਸਪੀਚ ਵੀ ਕੀਤੀ ਜਿਹੜੀ ਜੂਨ ਦੀ 2 ਜਾਂ 3 ਤਰੀਕ, ਬਿਲਕੁਲ ਉਹਦੇ 'ਚ ਕਿਹਾ ਕਿ ਮੇਰਾ ਕੋਈ ਐਸਾ ਵਿਚਾਰ ਨਹੀਂ, ਕੁਛ ਨਹੀਂ, ਔਰ ਇੱਥੋਂ ਤੱਕ ਇੱਕ ਵਾਰੀ 'ਤੇ ਵੀ ਭੁਲੇਖਾ ਪਾਇਆ ਗਿਆ, ਲੋਕ ਬੜੇ ਹੈਰਾਨ ਹੋਏ ਕਿ ਰਾਜੀਵ ਗਾਂਧੀ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ ਨੂੰ ਇੱਕ ਸੰਤ ਕਹਿ ਕੇ ਪੁਕਾਰਿਆ, ਬਿਲਕੁਲ 30 ਮਹੀਨੇ ਚੰਡੀਗੜ੍ਹ ਜਾ ਕੇ ਇਹ ਕਿਉਂ ਤੂੰ ਸੰਤ, ਲੋਕ ਬੜੇ ਹੈਰਾਨ ਹੋ ਗਏ ਵੀ ਜੇ ਤੂੰ ਸੰਤ ਕਹਿ ਰਹੇ ਹਾਂ ਅਤੇ ਉਹਨੂੰ ਪਕੜਨ ਲਈ ਸਾਰੀ ਫੌਜ ਜਾ ਰਹੀ,
ਸੋ ਇਹ ਬੜੀਆਂ ਕੰਟਰਡਿਕਟਰੀ ਸਟੇਟਮੈਂਟਸ ਵੀ ਆਈਆਂ। ਲੇਕਿਨ ਗੌਰਮੈਂਟ ਆਫ ਇੰਡੀਆ ਜਿਹੜਾ ਪ੍ਰੈਸ਼ਰ ਬਿਲਡ ਕਰ ਰਹੀ ਸੀ ਉਹਦੇ 'ਚ ਉਹਨਾਂ ਦੇ ਮਨ ਜਿਹੜਾ ਹੈ ਉਸ ਪਾਸੇ ਚੱਲਿਆ ਸੀ। ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਨਿਕਲ ਕੇ ਆਈ ਹੈ ਕਾਗਜ਼ਾਂ 'ਚ ਕਿ ਆਰਮੀ ਦੀ ਜਿਹੜੀ ਵਰਕਿੰਗ ਹੈ ਉਹਨੂੰ ਵੀ ਇੱਕ ਪਾਸੇ ਰੱਖਿਆ ਗਿਆ। ਸਿਰਫ ਇੱਕ ਸੁੰਦਰ ਜੀ ਜਿਹੜੇ ਕਿ ਨਾਦਰਨ ਇੰਡੀਆ ਫੋਰਸ ਦੇ ਕਮਾਂਡਰ ਸਨ ਕੇਵਲ ਉਹਨਾਂ ਨੂੰ ਹੀ ਡਿਊਟੀ ਲਾਈ ਗਈ। ਸਾਰੀ ਆਰਮੀ ਲੀਡਰਸ਼ਿਪ ਆਰਮੀ ਹੇਰਾਰਕੀ ਨੂੰ ਇਸ ਤੋਂ ਪਾਸੇ ਰੱਖਿਆ ਗਿਆ ਅਤੇ ਉਹਨਾਂ ਨੇ ਹੀ ਸਾਰਾ, ਕਿਉਂਕਿ ਉਹ ਪੋਸਟਡ ਸੀਗੇ ਚੰਡੀਗੜ੍ਹ ਦੇ ਕੋਲ ਅਤੇ ਉੱਥੇ ਹੀ ਉਹਨਾਂ ਨੇ ਇਹ ਸਾਰੀ ਡਰਿੱਲ ਕਰੀ ਅਤੇ ਉਹਨਾਂ ਨੇ ਕੰਮ ਨੂੰ ਲਿਆਉਣ ਲਈ ਦੋ ਸਿੱਖ ਲੱਭੇ, ਇੱਕ ਵੱਡਾ ਜਰਨੈਲ ਅਤੇ ਇੱਕ ਛੋਟਾ ਜਰਨੈਲ, ਬ੍ਰਿਗੇਡੀਅਰ ਬਰਾੜ ਲੱਭਿਆ ਜਿਹੜਾ ਕਮਾ ਕਰੇਗਾ ਅਤੇ ਉੱਪਰ ਉਹਨੂੰ ਲੱਭਿਆ ਜਿਹੜੇ ਸਰਦਾਰ ਜੀ ਸਾਡੇ, ਮੈਂ ਦੱਸਦਾ ਉਹ ਜਨਰਲ ਸਾਹਿਬ ਉਹ ਇੰਚਾਰਜ ਲਾਏ ਗਏ ਸਾਰੀ ਕਮਾਂਡ, ਜਨਰਲ ਦਿਆਲ ਸਿੰਘ ਹੈੱਡ ਲਾਇਆ ਗਿਆ ਅਤੇ ਬ੍ਰਿਗੇਡੀਅਰ ਬਰਾੜ ਨੂੰ ਟੂ ਲੀਡ ਦਾ ਅਟੈਕ। ਸੋ ਇੱਕ ਕੈਮਾਫਲਾਜ ਵੀ ਹੋਇਆ ਵੀ ਸਿੱਖ ਦਾ ਸਿੱਖ ਹੈ, ਥੋੜ੍ਹੇ ਜਿਹੇ ਸਿੱਖ ਅਫਸਰ ਵੀ ਨਾਲ, ਇੱਕ ਕਰਨਲ ਬੇਦੀ ਸੀਗੇ ਕੁਝ ਹੋਰ ਉਹ ਵੀ ਨਾਲ ਰੱਖੇ। ਸੋ ਇਹ ਪਹਿਲੀ ਗੱਲ ਤਾਂ ਇਕੱਲੀ ਹੋ ਗਈ ਕਿ ਆਰਮੀ ਦਾ ਮੂਵਮੈਂਟ ਬੜੀ ਸੀਕਰਟ ਰੱਖੀ ਗਈ ਕੈਬਨਿਟ ਆਫ ਗਵਰਨਮੈਂਟ ਇੰਡੀਆ ਨੂੰ ਨਹੀਂ, ਰਾਸ਼ਟਰਪਤੀ ਨੂੰ ਨਹੀਂ ਅਟੈਕ ਕੀਤਾ। ਉਹ ਸਾਰਿਆਂ ਨੂੰ ਪਤਾ ਕੀ ਹੋਇਆ, ਲੇਕਿਨ ਐਜ ਫਾਰ ਰਾਸ਼ਟਰਪਤੀ ਕੰਸਰਨ ਉਹਨਾਂ ਨੂੰ ਪਤਾ ਉਦੋਂ ਲੱਗਿਆ ਜਦੋਂ ਅਟੈਕ ਹੋ ਗਿਆ। ਜਦੋਂ ਅਟੈਕ ਹੋ ਗਿਆ ਗਿਆਨੀ ਜੈਲ ਸਿੰਘ ਜੀ, ਕਿਉਂਕਿ ਬਹੁਤ ਸੰਵੇਦਨਸ਼ੀਲ ਸਿੱਖ ਸਨ ਪੰਜਾਬ ਦੇ ਮੁੱਖ ਮੰਤਰੀ, ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਾਰਵੀ ਬਣਾਇਆ ਅਤੇ ਤਕਰੀਬਨ ਅਕਾਲੀਆਂ ਦਾ ਕੋਈ ਮੁੱਦਾ ਨਹੀਂ ਆਉਂਦਾ, ਤਾਂ ਸ਼ਾਇਦ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਾਂਤੀ ਉਦੋਂ ਰਹੀ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਰਾਸ਼ਟਰਪਤੀ ਹੁੰਦੇ ਉਹਨੇ ਕੀ ਮਹਿਸੂਸ ਕੀਤਾ? ਇਹ ਦੋ ਵੱਖਰੇ ਵਿਸ਼ੇ ਹੈ। ਹਾਂਜੀ, ਗਿਆਨੀ ਜੈਲ ਸਿੰਘ ਦਾ ਵਿਅਕਤੀਗਤ ਐਜ ਏ ਸਿੱਖ, ਹਾਂਜੀ, ਅਤੇ ਸਿੱਖ ਹੁਕਮਰਾਨ ਹੋ ਕੇ ਸ਼ਰਧਾਵਾਨ, ਹਾਂਜੀ, ਇਹ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਸ਼ਾਇਦ ਹੋਰ ਕੋਈ ਸਿੱਖ ਹੁਣ ਤੱਕ ਨਹੀਂ ਹੋ ਸਕੇ ਕਿ ਗਿਆਨੀ ਜ਼ੈਲ ਸਿੰਘ ਕਮਿਟਿਡ ਸਿੱਖ ਰਿਹਾ, ਚਾਹੇ ਉਹ ਮੁੱਖ ਮੰਤਰੀ ਚਾਹੇ ਹੋਮ ਮਿਨਿਸਟਰ। ਅਤੇ ਅਖੀਰ ਉਹ ਕਹਿੰਦੇ ਨਾ, ਮੈਂ ਤਾਂ ਕਿਹਾ ਸੇਵਕ ਕੀ ਜਿਹੜੀ ਆਪਣੀ ਪ੍ਰੀਤ ਰਹੀ ਕਿ ਅਨੰਦਪੁਰ ਸਾਹਿਬ ਨਾਲ ਜੁੜੇ ਸੀ, ਅਤੇ ਅਖੀਰ ਡੈਥ ਵੀ ਅਨੰਦਪੁਰ ਸਾਹਿਬ ਜਾ ਕੇ ਐਕਸੀਡੈਂਟ 'ਚ ਹੋਈ, ਅਤੇ ਉਹ ਇੱਕ ਵੱਖਰਾ ਇਸ਼ੂ ਹੈ। ਰਾਸ਼ਟਰਪਤੀ ਹੁੰਦੇ ਨਾਲ ਕੀ ਮਹਿਸੂਸ? ਲੇਕਿਨ ਰਾਸ਼ਟਰਪਤੀ ਹੁੰਦਿਆਂ ਜੋ ਸਿੱਖ ਗੱਲ ਦੀ ਉਹਨਾਂ ਨੇ ਕੀਤਾ ਕਿ ਰਾਸ਼ਟਰਪਤੀ ਭਵਨ ਉਦੋਂ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪਹਿਲਾਂ ਚਾਰ ਦਿਨ ਗਏ ਨਹੀਂ ਅੰਦਰ, ਰਾਸ਼ਟਰਪਤੀ ਬਣ ਕੇ ਬਾਹਰ ਬੈਠੇ ਰਹੇ ਕਿ ਪਹਿਲਾਂ ਮੇਰੇ ਲਈ ਗੁਰਦੁਆਰਾ ਬਣਾਓ, ਅਤੇ ਫਿਰ ਪਾਲਕੀ ਸਵਾਰੀ ਸਾਹਿਬ ਆਪਣੇ ਸਿਰ 'ਤੇ ਚੁੱਕ ਕੇ ਅੰਦਰ ਗਏ। ਜਦੋਂ ਓਥ ਹੋਇਆ ਐਜ ਰਾਸ਼ਟਰਪਤੀ, ਤਾਂ ਰਾਸ਼ਟਰਪਤੀ ਭਵਨ ਨਹੀਂ ਗਏ, ਓਥ ਲੈ ਕੇ ਸਿੱਧੇ ਅਨੰਦਪੁਰ ਸਾਹਿਬ ਗਏ ਕਿ ਮੈਂ ਉੱਥੇ ਵੀ ਓਥ ਲੈਣਾ। ਇਹ ਅੱਜ ਤੱਕ ਇੰਡੀਆ 'ਚ ਕੋਈ ਮਿਸਾਲ ਨਹੀਂ ਕਿ ਰਾਸ਼ਟਰਪਤੀ ਪਹਿਲਾਂ ਓਥ ਲਵੇ ਅਤੇ ਉੱਥੇ ਹੀ ਜਹਾਜ਼ ਹੈਲੀਕਾਪਟਰ ਲੈ ਕੇ ਅਨੰਦਪੁਰ ਸਾਹਿਬ ਜਾ ਕੇ ਦੁਬਾਰਾ ਮੱਥਾ ਟੇਕ ਕੇ ਫਿਰ ਰਾਸ਼ਟਰਪਤੀ ਭਵਨ ਆਏ। ਸੋ ਉਹ ਸ਼ਰਧਾ ਉਹਦੀ ਕਾਇਮ ਰਹੀ। ਰਾਸ਼ਟਰਪਤੀ ਭਵਨ ਅੰਦਰ ਕੀਰਤਨ ਦਰਬਾਰ ਹੋਏ ਦੋ ਵਾਰੀ, ਸਾਰੇ ਵੱਡੇ ਹੈਰਾਨ ਹੋ ਗਏ ਵੀ ਅੰਦਰ ਕੀਰਤਨ ਹੋ ਰਿਹਾ, ਅੰਦਰ ਲੰਗਰ ਲੱਗੇ। ਸੋ ਉਹ ਗੱਲਾਂ ਇੱਕ ਉਹਦੀ ਵਿਅਕਤੀਗਤ, ਲੇਕਿਨ ਜਿਹੜਾ ਇਹ ਉਹਦਾ ਐਡਮਿਨਿਸਟ੍ਰੇਟਿਵ ਵਰਕ ਹੈ ਉਹਦੇ 'ਚ, ਕਿਉਂਕਿ ਹੀ ਸੇਜ਼ ਕਿ ਉਹਨੂੰ ਕੋਈ ਪੁੱਛਿਆ ਨਹੀਂ ਗਿਆ। ਸੋ ਇਹ ਇੱਕ ਬੜਾ ਵੱਡਾ ਕਲਾ ਹੈ। ਸਵਾਲ ਹੈ ਜੀ, ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਹਮਲਾ ਹੋ ਗਿਆ, ਫੌਜਾਂ ਚੜ ਗਈਆਂ ਨੇ, ਮੁਕਾਬਲਾ ਹੋ ਰਿਹਾ, ਗੋਲੀ ਚੱਲ ਰਹੀ, ਕਾਲ ਤੱਕ ਸਭ ਦੀ ਗੋਲੀ ਚੱਲ ਰਹੀ ਹੈ, ਉਦੋਂ ਸਿੱਖ ਹੋਣ ਦੇ ਨਾਤੇ ਉਹਨਾਂ ਦੀ ਜਿਹੜੀ ਫੀਲਿੰਗ ਸੀ ਉਹ ਕਿੰਨੀ ਫੀਲਿੰਗ? ਬਹੁਤ ਦੇਖੋ, ਮਹਿਸੂਸ ਕਰ ਰਿਹਾ ਸੀ ਫੀਲਿੰਗ ਜੋ ਤੱਕ ਹੈ ਉਹ ਕਿ ਉਹ ਵੀ ਸਾਰੀ ਫੀਲ ਕਰੇ, ਉਹਨੂੰ ਵੀ ਦੁੱਖ ਹੋਵੇ, ਉਹ ਹੈ। ਲੇਕਿਨ ਜਿਹੜਾ ਤੁਹਾਡਾ ਸਵਾਲ ਹੈ ਜਿਹੜਾ ਲੋਕਾਂ ਦੇ ਮਨ 'ਚ ਹੈ ਕਿ ਐਕਸ਼ਨ ਕੀ, ਹਾਂਜੀ, ਸਵਾਲ ਹੈ ਕਿ ਉਹ ਗੱਲ ਮੈਂ ਤੁਹਾਨੂੰ ਕਿਹਾ ਨਾ, ਇੱਕ ਵਿਅਕਤੀਗਤ ਹਰ ਆਦਮੀ ਹਰ ਸਿੱਖ ਰੋਇਆ, ਉਹ ਜੀ ਗਿਆਨੀ ਦਿਆਲ ਸਿੰਘ ਵੀ ਰੋਇਆ, ਲੇਕਿਨ ਐਜ ਰਾਸ਼ਟਰਪਤੀ ਉਹ ਕੁਛ ਨਹੀਂ ਕਰ ਸਕਿਆ, ਕੁਛ ਕਰ ਸਕਦਾ ਹੀ ਨਹੀਂ। ਸਵਾਲ ਹੈ ਕਿ ਨਾ ਉਹ ਆਰਡਰ ਦੇ ਸਕਦਾ ਸੀ ਫੌਜ ਰੋਕੋ, ਇਹ ਸਾਰਾ ਬਾਣਾ ਬੀਤ ਚੁੱਕਿਆ ਸੀ ਰਾਤ ਰਾਤ ਹੀ, ਸਵੇਰ ਤੱਕ, ਸ਼ਾਮ ਨੂੰ ਅਟੈਕ ਹੋਇਆ, ਸਵੇਰ ਤੱਕ ਜਦ ਆਪਣਾ ਸ਼ਹੀਦ ਹੋ ਗਏ ਜੇ ਪਿੰਡਰਾ ਵਾਲੇ ਸਾਹਿਬ, ਬਾਕੀ ਸਾਰਾ ਗੌਰਮੈਂਟ 9-10 ਵਜੇ ਤੱਕ ਆਪਣਾ ਉਹਨਾਂ ਦਾ ਹੋ ਗਿਆ। ਸਵੇਰੇ ਗੌਰਮੈਂਟ ਇਹਨੂੰ ਦੱਸਿਆ ਆ ਕੇ, ਪ੍ਰਾਈਮ ਮਿਨਿਸਟਰ ਨੇ ਦੱਸਿਆ, ਅਫਸਰ ਆਏ ਉਹਨਾਂ ਨੇ ਉਹ ਦੱਸਿਆ, ਫੋਟੋ ਵੀ ਦਿਖਾਈਆਂ। ਤਾਂ ਗਿਆਨੀ ਜ਼ੈਲ ਸਿੰਘ ਜੀ ਨੇ ਇਹ ਕੀਤਾ ਕਿ ਮੈਂ ਜਾਵਾਂਗਾ ਉੱਥੇ, 8 ਜੂਨ ਨੂੰ ਇਹ ਉੱਥੇ ਪਹੁੰਚ ਗਏ ਸਵੇਰੇ। ਗੌਰਮੈਂਟ ਨੇ ਰੋਕਿਆ ਵੀ ਥੋੜ੍ਹਾ ਜਿਹਾ, ਪ੍ਰਾਈਵੇਟ ਜਹਾਜ਼ ਲੈ ਕੇ ਗਏ, ਸਰਕਾਰੀ ਜਹਾਜ਼ ਨਹੀਂ ਮਿਲਿਆ, ਨਾਲ ਮੈਂ ਵੀ ਸੀ, ਨਾਲ ਅਫਸਰ ਸਾਡੇ ਹੋਰ ਵੀ ਸਨ, ਤਵਨ ਸਾਹਿਬ ਸੀਗੇ ਜਿਹੜੇ ਇੰਦਰਾ ਜੀ ਦੇ, ਉਹ ਨਾਲ ਗਏ। ਪ੍ਰੈਸ ਨੂੰ ਅਲਾਊ ਨਹੀਂ ਕੀਤਾ, ਲੇਕਿਨ ਅਸੀਂ PTI UNI ਦੇ ਦੋ ਨਾਲ ਲੈ ਗਏ, ਰੰਗਾ ਰਾਜਨ ਅਤੇ ਰਾਓ ਰਾਓ, ਅੱਜ ਕੱਲ੍ਹ ਲੰਡਨ ਹੀ ਪੋਸਟਡ ਹੈ PTI ਦਾ, ਤੋ ਇਹ ਨਾਲ ਗਏ। ਤੋ ਜੋ ਉੱਥੇ ਸੀਨ ਹੈ ਉਸ ਵਕਤ ਉੱਦਾਂ ਹੀ ਸਭ ਕੁਛ ਪਿਆ ਸੀ, ਪੁਲਿਸ ਔਰ ਫੌਜ ਲੱਗੀ ਸੀ ਧੋ ਕੇ ਖੂਨ ਦੇ ਉਤਾਰਨ ਨੂੰ, ਸਾਡੇ ਜਾਣ 'ਤੇ ਗੋਲੀ ਵੀ ਚੱਲ ਰਹੀ ਸੀ ਲੰਗਰ 'ਚ,
ਉੱਥੇ ਦੋ ਚਾਰ ਸਿੱਖ ਹਾਲਾਂ ਵੀ ਲੜ ਰਹੇ ਸੀ, ਬੁੰਗੇ ਨਹੀਂ ਲੰਗਰ ਦੇ ਸਾਈਡ ਚੱਲ ਰਹੀ ਸੀ ਗੋਲੀ, ਸਾਡੇ ਵਕਤ ਰੁਕੀ ਵੀ, ਬਾਅਦ ਵਿੱਚ ਉਹ ਦੋ ਜਿਹੜੇ ਬੰਦੇ ਰਹਿ ਗਏ ਸੀ ਉਹਨਾਂ ਨੇ, ਇੱਕ ਫੌਜੀ ਡਾਕਟਰ ਅਤੇ ਇੱਕ ਸਿਪਾਹੀ ਵੀ ਮਰਿਆ ਉਹਨਾਂ ਕੋਲੋਂ, ਅਤੇ ਉਹ ਲਾਸਟ ਹਾਦਸਾ ਸੀ। ਸੋ ਗੈਨੀ ਜੀ ਗਏ ਦਰਬਾਰ ਸਾਹਿਬ, ਮੱਥਾ ਟੇਕਿਆ। ਉਸ ਵਕਤ ਜਾਣ 'ਤੇ ਗੈਨੀ ਜੀ ਨੇ ਡੀ ਸੀ ਵਗੈਰਾ ਸਾਰਿਆਂ ਨੂੰ ਕਿਹਾ ਕਿ ਉਹ ਲਿਆਓ ਜਥੇਦਾਰ ਅਕਾਲ ਤਖਤ ਸਾਹਿਬ, ਅਤੇ ਇਹ ਲੱਭੇ ਕਿੱਧਰੋਂ ਆਏ ਗਿਆਨੀ ਸਾਹਿਬ ਸਿੰਘ ਨੂੰ ਲਿਆਏ ਜਿਹੜੇ ਐਡ ਗ੍ਰੰਥੀ 'ਚ। ਸੋ ਉਹ ਦੋਨਾਂ ਨਾਲ ਮੁਲਾਕਾਤ ਵੀ ਹੋਈ ਉੱਥੇ। ਸੋ ਗਿਆਨੀ ਜੀ ਫੈਲਟ ਵੈਰੀ ਸਾਰੀ ਆਈ ਥਿੰਕ। ਇੱਦੋਂ ਬਾਅਦ ਉਦੋਂ ਆਪਣਾ ਮੋਹਨ ਸਿੰਘ ਜੀ ਹੈਡ ਗ੍ਰੰਥੀ, ਇਹ ਵੀ ਅੰਦਰ ਸਨ, ਉਹਨਾਂ ਨੂੰ ਵੀ ਮਿਲੇ ਗਿਆਨੀ ਜੀ, ਗਿਆਨੀ ਪੂਰਨ ਸਿੰਘ, ਦੋਨਾਂ ਨੂੰ ਮਿਲ ਕੇ ਸਾਰਾ ਵੇਖਿਆ ਵੀ ਕਿ ਦਰਬਾਰ ਸਾਹਿਬ 'ਤੇ ਕੀ ਹੋਇਆ। ਅਕਾਲ ਤਖਤ ਗਿਰ ਹੀ ਚੁੱਕਾ ਸੀ। ਸੋ ਹੀ ਕੇਮ ਬੈਕ ਕਰਕੇ ਉਹਨਾਂ ਨੇ ਪਹਿਲੀ ਗੱਲ ਇਹ ਕੀਤੀ ਕਿ ਜਿਹੜਾ ਗਵਰਨਰ ਸੀ ਉਸ ਵਕਤ ਦਾ ਪੰਜਾਬ ਦਾ, ਉਹਨੂੰ ਉਹਨਾਂ ਨੇ ਉੱਥੇ ਉਹਨੂੰ ਹਟਾਉਣ ਦਾ, ਕਿਉਂਕਿ ਗਵਰਨਰ ਸਾਰੇ ਰਾਸ਼ਟਰਪਤੀ ਨਾਲ ਹੋਏ, ਅਤੇ ਉਹਨਾਂ ਨੂੰ ਕਿਹਾ ਕਿ ਉਹਨੂੰ ਹਟਾਇਆ ਜਾਵੇ। ਉਹ ਵੀ ਦਿਨ 3-4 ਦਿਨ ਹਟ ਵੀ ਗਿਆ ਪਾਂਡੇ ਸੀ ਗਵਰਨਰ। ਸੋ ਡੀ ਸੀ ਵਗੈਰਾ, ਕਿਉਂਕਿ ਗੁਰਦੇਵ ਸਿੰਘ ਡੀ ਸੀ ਚਲਾ ਗਿਆ ਸੀ, ਰਵੇਸ਼ ਚੰਦਰ ਡੀ ਸੀ ਉੱਥੇ ਲੱਗਿਆ। ਸੋ ਇਹ ਵਾਕਿਆ ਹੋਏ। ਸੋ ਦਿਸ ਇਜ਼ ਵਟ ਤੁਹਾਡੀ ਅੱਖਾਂ ਦੇ ਸਾਹਮਣੇ ਅਕਾਲ ਤਖ਼ਤ ਡਿੱਗਿਆ ਪਿਆ ਹੋਵੇ, ਜਿਹਨੂੰ ਸਾਰੀ ਕੌਮ, ਮਹਾਰਾਜਾ ਰਣਜੀਤ ਸਿੰਘ ਸਾਰੀ ਸਲਾਮਾਂ ਕਰਦੀ ਹੈ, ਮੱਥੇ ਟੇਕਦੀ। ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਸਨ, ਇੱਕ ਜਿਹੜਾ ਰਾਗੀ ਸਿੰਘ ਹੈ ਉਹ ਅੰਦਰ ਹੀ ਸ਼ਹੀਦ ਹੋਇਆ, ਕੀਰਤਨ ਕਰਦਿਆਂ ਗੋਲੀ ਲੱਗੀ। ਜਿਹੜਾ ਦਰਬਾਰ ਸਾਹਿਬ ਅੰਦਰ ਸੀ ਉਹਦੇ ਵਿੱਚ ਵੀ ਇੱਕ ਗੋਲੀ ਲੱਗੀ। ਸੋ ਉਹ ਤਾਂ ਸਰੋਵਰ ਵਿੱਚ ਉਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਲਾਸ਼ਾਂ ਕੱਢ ਲਈਆਂ, ਲੇਕਿਨ ਲਾਸ਼ਾਂ ਅੰਦਰ ਤਰਦੀਆਂ ਸਨ। ਸਾਡੇ ਜਾਣ 'ਤੇ ਇੱਕ ਟੈਂਕ, ਬਾਬਾ ਦੀਪ ਸਿੰਘ ਸ਼ਹੀਦੀ ਦੀ ਜਿਹੜਾ ਜਗ੍ਹਾ ਹੈ ਉਹਦੇ ਕੋਲ ਟੈਂਕ, ਜਿਹੜਾ ਸਿੰਘਾਂ ਨੇ ਮਾਰਿਆ ਟੈਂਕ, ਉੱਥੇ ਖੜ੍ਹਾ ਸੀ। ਪਰਿਕਰਮਾ ਸਾਰੀ ਟੁੱਟੀ ਸੀ ਕਿਉਂਕਿ ਸਾਰੀ ਫੌਜ ਨੇ। ਸੋ ਵਰਸ ਸੀਨ ਜੋ ਹੋ ਸਕਦਾ, ਜੋ ਲੋਕ ਅਬਦਾਲੀ ਦੇ ਟਾਈਮ ਕਹਿੰਦੇ ਹੋਣੇ, ਉਹ ਉਦੋਂ ਸੀ ਆਪਣੀ ਅੱਖੀ ਵੇਖਿਆ। ਸੋ ਇਹ ਸੋਚ ਲਓ ਕਿ ਇੱਕ ਸਿੱਖ ਨੂੰ ਇਹੋ ਜਿਹੀ ਜਗ੍ਹਾ, ਜਿਹੜਾ ਸਾਡਾ ਇਸ਼ਟ, ਜਿਹਨੂੰ ਕਿ ਰੋਜ਼ ਅਰਦਾਸ ਕਰੀਏ ਦਰਬਾਰ ਸਾਹਿਬ ਦਰਸ਼ਨ ਇਸ਼ਨਾ, ਉਹ ਤੁਹਾਡੇ ਸਾਹਮਣੇ ਕੀ ਹੋਵੇ? ਇੱਥੇ ਇੱਕ ਸਿੱਖ ਦੀ ਭਾਵਨਾ ਸਮਝਣ ਦੀ ਖਾਸ ਤੌਰ 'ਤੇ ਲੋੜ ਹੈ ਕਿ ਉਹ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਨੂੰ ਅਸੀਂ ਕੱਚੀ ਲੱਸੀ ਨਾਲ ਇਸ਼ਨਾਨ ਕਰ ਰੋਜ਼ ਕਰਾਉਂਦੇ ਹਾਂ, ਇਹ ਜਿਹਦਾ ਹਰ ਹੁਕਮ ਅਕਾਲ ਤਖ਼ਤ ਸਾਡੇ ਲਈ ਰੱਬੀ ਹੁਕਮ ਵਾਂਗੂ ਮੰਨਣ ਯੋਗ ਹੈ। ਉਹ ਹਰਿਮੰਦਰ ਸਾਹਿਬ ਜਿੱਥੋਂ ਇਲਾਹੀ ਬਾਣੀ ਦਾ ਕੀਰਤਨ ਮਨਾਂ ਨੂੰ ਸ਼ਾਂਤੀ ਦਿੰਦਾ ਹੈ, ਮਨਾਂ ਨੂੰ ਠਾਰਦਾ ਹੈ, ਮਨੁੱਖਤਾ ਦੇ ਕਲਿਆਣ ਦੀ ਗੱਲ ਕਰਦਾ ਹੈ, ਜਿੱਥੋਂ ਆਵਾਜ਼ ਉੱਠਦੀ ਹੈ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਥੇ ਲਿਓ ਅਵਾਨ, ਉਹ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਉਹ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਹੈਗਾ, ਉਹ ਪਾਕ ਸਰੋਵਰ ਨਾਲੇ 2 ਦਿਨ ਉੱਥੇ ਕੀਰਤਨ ਨਹੀਂ ਹੋਇਆ। ਜਿਹੜਾ ਹੁਕਮਨਾਮਾ ਸੀ ਉੱਥੇ ਮੈਂ ਪੜ੍ਹ ਕੇ ਆਇਆ, ਉਹ 6 ਦਾ ਹੀ ਲਿਖਿਆ ਸੀ, 8 ਤੱਕ ਕੋਈ ਹੁਕਮਨਾਮਾ ਦੁਆਰਾ ਲਿਖਿਆ ਨਹੀਂ ਗਿਆ, ਕੀਰਤਨ ਨਹੀਂ ਹੋਇਆ, ਕੋਈ ਅੰਦਰ ਜੋਤ ਬੁੱਝ ਚੁੱਕੀ ਸੀ, ਨਹੀਂ ਜਾਗੀ। ਸੋ ਉਦੋਂ ਫਿਰ ਜਦੋਂ ਗਿਆਨੀ ਜੀ ਗਏ, ਇਹ ਆਰਡਰ ਹੋਇਆ ਕਿ ਦਰਬਾਰ ਸਾਹਿਬ ਦੀ ਸ਼ੁਰੂ ਹੋਵੇ, ਫਿਰ ਫੌਜ ਨੇ ਹੀ ਆਪਣੇ ਕੋਈ ਜਥੇ ਕੀਰਤਨੀਏ ਦਿੱਤੇ, ਫਿਰ ਇਹ ਸਿੰਘ ਸਾਹਿਬਾਂ ਨੇ ਵੀ ਆਪਣੇ, ਕਿਉਂਕਿ ਜਿੰਨਾ ਸਟਾਫ ਸੀ ਉਹ ਚਲਾ ਗਿਆ ਸੀ, ਕੋਈ ਛੁੱਪ ਗਿਆ, ਕੋਈ ਪਕੜ ਕੇ ਲੈ ਗਏ, ਅਤੇ ਸਾਰੇ ਲੱਭੇ ਗਏ, ਔਰ ਲੀਡਰ ਸਾਰੇ ਜੇਲ੍ਹ 'ਚ ਸਨ। ਫਿਰ ਉਦੋਂ ਸਰਪਾਨ ਸਿੰਘ ਨੂੰ ਰਾਹ ਕਰਵਾਇਆ ਗਿਆ ਕਿ ਇਹ ਸੈਕਟਰੀ ਸਨ SGPC ਦੇ। ਫਿਰ ਗਿਆਨੀ ਜੋ ਕਾਰਵਾਈ ਹੋ ਸਕੀ ਉਹ ਕੀਤੀ, ਵੀ ਇੱਦਾਂ ਕਮ ਸੇ ਕਮ ਦਰਬਾਰ ਸਾਹਿਬ ਦੀ ਕਾਰਵਾਈ ਜਿਹੜੀ ਰੋਜ਼ ਦੀ ਪਰੰਪਰਾ ਉਹ ਸ਼ੁਰੂ ਕਰਵਾਈ। ਇੱਕ ਲਿਖ ਕੇ ਆਰਡਰ ਲਵਾਇਆ ਕਿ ਬੂਟਾਂ ਨਾਲ ਕੋਈ ਨਹੀਂ ਜਾਏਗਾ, ਕਿਉਂਕਿ ਫੌਜੀ ਕਈ ਬੂਟ ਨਾਲ ਹੀ ਫਿਰਦੇ ਸੀ, ਸਿਗਰਟ ਦੀ ਪਾਬੰਦੀ, ਇਹ ਸਾਰੀਆਂ ਗੱਲਾਂ ਉੱਥੇ ਲਿਖ ਕੇ ਲਾਈਆਂ ਗਈਆਂ। ਇੱਕ ਗੱਲ ਤੁਹਾਨੂੰ ਸ਼ਾਇਦ ਲੋਕਾਂ ਨੂੰ ਪਤਾ ਨਹੀਂ, ਮੈਂ ਪਾਰਲੀਮੈਂਟ 'ਚ 2-3 ਵਾਰੀ ਗੱਲ ਕਹੀ ਹੈ, ਇਹ ਪਹਿਲੀ ਵਾਰ ਹੈ ਇੰਡੀਆ 'ਚ ਜਾਂ ਦੁਨੀਆ ਦੇ ਕਿਸੇ ਮੁਲਕ 'ਚ ਜਦੋਂ ਫੌਜ ਹਮਲਾ ਕਰਦੀ ਆ ਉਹ ਦੁਸ਼ਮਣ 'ਤੇ ਕਰਦੀ, ਹਮੇਸ਼ਾ ਮੁਲਕ ਤੋਂ ਬਾਹਰ ਹੁੰਦਾ, ਅਸੀਂ ਉਹਨੂੰ ਐਨੀਮੀ ਟੈਰੀਟਰੀ ਕਹਿੰਦੇ। ਇੱਥੇ ਫੌਜ ਨੇ, ਕਿਉਂਕਿ ਮੈਂ 2-3 ਵਾਰੀ ਗਿਆ, ਆਰਮੀ ਨੇ ਦਰਬਾਰ ਸਾਹਿਬ ਨੂੰ ਐਨੀਮੀ ਟੈਰੀਟਰੀ ਡਿਕਲੇਅਰ ਕੀਤੀ, ਬਾਹਰ ਬੋਰਡ ਲੱਗਿਆ ਸੀ ਕਿ ਐਨੀਮੀ ਦੇ ਪ੍ਰਿਜ਼ਨਰ ਆਫ ਵਾਰ, ਵੀ ਉਹਨਾਂ ਨੂੰ ਜਿਹੜੇ ਪਕੜਿਆ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਸਮਝ ਕੇ ਕਿ ਐਨੀਮੀ ਦੇ ਅਸੀਂ ਫੜ ਕੇ ਲਿਆ, ਤੇ ਵਿਦੋਸ਼ੇ ਲੋਕ ਉੱਥੇ ਬੈਠੇ ਸਨ, ਉਹਨਾਂ ਨੇ ਉੱਥੇ ਇੱਕ ਹਸਪਤਾਲ ਜਿਹਾ ਬਣਾਇਆ ਸੀ, ਉੱਥੇ ਵੀ ਇਹੀ ਲਿਖਿਆ। ਸੋ ਆਰਮੀ ਨੇ ਹਰ ਗੱਲ ਇੱਦਾਂ ਟ੍ਰੀਟ ਕੀਤੀ ਜਿਵੇਂ ਕਿ ਦੂਸਰੇ ਮੁਲਕ 'ਚ ਉਹਨਾਂ ਨੇ ਹਮਲਾ ਕੀਤਾ ਹੋਵੇ, ਉਹ ਕੀਤਾ। ਇੱਕ ਤੁਹਾਨੂੰ ਸ਼ਾਇਦ ਹੋਰ ਮੈਂ ਦੱਸ ਦੇਵਾਂ, ਇਹ ਬਹੁਤ ਵੱਡੀ ਗੱਲ ਹੈ ਜਿਹੜੀ ਅੱਜ ਤੱਕ ਸਿੱਖਾਂ ਨੇ ਇਹਨੂੰ ਉਠਾਇਆ ਨਹੀਂ, ਮੈਂ ਪਾਰਲੀਮੈਂਟ 'ਚ
ਉਠਾਇਆ ਲਿਖਿਆ ਬੜਾ ਕਿ ਇਹਨਾਂ ਨੇ 11 ਫੌਜੀਆਂ ਨੂੰ ਇਨਾਮ ਦਿੱਤੇ ਉਹਨਾਂ ਨੂੰ ਇਨਾਮ ਦਿੱਤੇ ਕਿ ਦਰਬਾਰ ਸਾਹਿਬ ਹਮਲਾ ਕਰਕੇ ਉਹਨਾਂ ਨੇ ਬੜੀ ਵਿਕਟਰੀ ਲਈ ਜਦੋਂ ਇਹ ਇਨਾਮ ਹੋਣੇ ਸਨ ਤਾਂ ਕਿਉਂਕਿ ਇਨਾਮ ਰਾਸ਼ਟਰਪਤੀ ਦਿੰਦਾ ਜਦੋਂ ਫਾਈਲ ਆਈ ਤੁਸੀਂ ਲਿਖਿਆ ਸੀ ਗਿਆਨੀ ਜੀ ਨੇ ਰਿਜੈਕਟ ਕਰਤਾ ਕਿ ਮੈਂ ਨਹੀਂ ਦੇਣੇ ਕਿ ਵੀ ਜੇ ਦਰਬਾਰ ਸਾਹਿਬ ਦੇ ਹਮਲੇ ਕਰਕੇ ਦੇਣੇ ਆ ਤਾਂ ਮੈਂ ਨਹੀਂ ਦੇਣੇ ਫਿਰ ਜਿਹੜੀ ਸਾਈਟੇਸ਼ਨ ਸੀ ਉਹ ਫਿਰ ਬਦਲੀ ਗਈ ਉਸ 'ਚੋਂ ਦਰਬਾਰ ਸਾਹਿਬ ਅੰਮ੍ਰਿਤਸਰ ਕੱਢਿਆ ਗਿਆ ਫਿਰ ਕਿਹਾ ਗਿਆ ਕਿ ਜੀ ਇੱਥੇ ਕਿਧਰੇ ਇਹਨਾਂ ਨੇ ਇੱਕ ਬੜੇ ਵੱਡੀ ਕਾਰਵਾਈ ਦੇਸ਼ ਦੀ ਕੀਤੀ ਫਿਰ ਇਨਾਮ ਮਿਲੇ ਮੈਂ ਫਿਰ ਇਹ ਪਾਰਲੀਮੈਂਟ 'ਚ ਰੇਜ਼ ਕੀਤਾ ਇਨਾਮ ਦਿੱਤੇ ਗਿਆ ਪਰ ਹਾਂ ਉਹ ਕੱਢਿਆ ਮੈਂ ਇਹ ਪਾਰਲੀਮੈਂਟ 'ਚ ਰੇਜ਼ ਕੀਤਾ ਔਰ ਬੜਾ ਰੌਲਾ ਪਿਆ ਕਿ ਇਹ ਬੜਾ ਜ਼ੁਲਮ ਹੈ ਕਿ ਇਹੋ ਜਿਹੇ ਅਫਸਰਾਂ ਨੂੰ ਤੁਸੀਂ ਇਨਾਮ ਦਿੱਤੇ ਕਿਉਂ ਕਿਉਂਕਿ ਹੁਣ ਦਰਬਾਰ ਸਾਹਿਬ ਜਿਹਾ ਮੈਂ ਇੰਨੀ ਤਾਂ ਕਮ ਸੇ ਕਮ ਸਟੇਟ ਕਰਦੇ ਲਓ ਜੀ ਫਿਰ ਡਿਫੈਂਸ ਮਿਨਿਸਟਰ ਖੜਾ ਆਇਆ ਕਿ ਜੀ ਇਹ ਹੁਣ ਕਾਰਵਾਈ ਹੋ ਚੁੱਕੀ ਹੈ ਹੁਣ ਹੋ ਰਹੀ ਮੈਂ ਤਾਂ ਕਿਹਾ ਵੀ ਇੰਨੀ ਹੋ ਚੁੱਕੀ ਹੈ ਉਹਨਾਂ ਫੌਜੀਆਂ ਨੂੰ ਵੀ ਮਨਾ ਲਓ ਉਹ ਹੀ ਕਹਿੰਦੇ ਅਸੀਂ ਵਾਪਸ ਮੋੜੇ ਕਮ ਸੇ ਕਮ ਜਿਹੜੇ ਫੌਜੀ ਲੈ ਗਏ ਉਹਨਾਂ ਨੂੰ ਮਿਲਾਓ ਉਹ ਹੀ ਕਹਿਣ ਵੀ ਸਾਨੂੰ ਲਿਆ ਤਾਂ ਅਸੀਂ ਸੀ ਹੈ ਪਰ ਅਸੀਂ ਵਾਪਸ ਕਰਦੇ ਹਾਂ ਇਹ ਗੱਲ ਹਾਲਾਂ ਵੀ ਪੈਂਡਿੰਗ ਹੈ ਮੈਂ ਇਹਨੂੰ ਬੜਾ ਇਸ਼ੂ ਰੇਜ਼ ਕੀਤਾ ਕਿ ਕਮ ਸੇ ਕਮ ਉਹ ਬਹੁਤ ਗਲਤ ਗੱਲ ਹੋਈ ਹੈ ਕਿ ਦਰਬਾਰ ਸਾਹਿਬ 'ਤੇ ਹਮਲਾ ਵੀ ਹੋਵੇ ਅਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣ ਇਹ ਤੁਹਾਡੀ ਗੱਲਾਂ ਜੋੜ ਕੇ ਮੈਂ ਗੱਲ ਕਰਾਂ ਦਲਵੀਰ ਸਿੰਘ ਪੱਤਰਕਾਰ ਨੇ ਤਕਰੀਬਨ ਬਾਅਦ 'ਚ ਟ੍ਰਿਬਿਊਨ ਦੇ ਵਿੱਚ ਇਹ ਗੱਲ ਲਿਖੀ ਸੀ ਜਿਹੜੀ ਤੁਸੀਂ ਗੱਲ ਕਹੀ ਕਿ ਦੁਸ਼ਮਣ ਦੇਸ਼ 'ਤੇ ਹਮਲਾ ਕਰਨ ਵਾਲੀ ਜਿਹੜੀ ਬਿਲਕੁਲ ਕਰ ਰਹੀ ਸੀ ਤੁਸੀਂ ਔਰ ਦਲਵੀਰ ਸਿੰਘ ਨੇ ਪੱਤਰਕਾਰ ਦੇ ਤੌਰ 'ਤੇ ਮੈਂ ਲੇਖ ਲਿਖੇ ਪਹਿਲਾਂ ਹਾਂਜੀ ਉਹਨਾਂ ਸਾਰਿਆਂ 'ਚ ਮੈਂ ਡਿਟੇਲ ਲਿਖੀ ਆ ਹਾਂਜੀ ਦਲਵੀਰ ਸਿੰਘ ਨੇ ਗੱਲ ਖਾਲਸਾ ਉੱਤੇ ਕਹੀ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਡਾਲ ਨੇ ਸ਼ਾਇਦ ਖਾਲਸਾ ਦਾ ਆਧਾਰ ਨਹੀਂ ਕੀਤਾ ਪਰ ਹਿੰਦੁਸਤਾਨ ਦੀਆਂ ਫੌਜਾਂ ਨੇ ਹਮਲਾ ਕਰਕੇ ਇਹਨੂੰ ਦੁਸ਼ਮਣ ਟੈਰੀਟਰੀ ਇਹਨੂੰ ਇੱਕ ਤਰ੍ਹਾਂ ਦਾ ਡਿਕਲੇਅਰ ਕਰ ਦਿੱਤਾ ਗਿਆ ਕਿ ਵੱਖਰੇ ਦੇਸ਼ 'ਤੇ ਹੀ ਹਮਲਾ ਕੀਤਾ ਜਾ ਰਿਹਾ ਦੁਸ਼ਮਣ ਦੇਸ਼ 'ਤੇ ਹਮਲਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਡਿਕਲੇਅਰ ਕਰਨ ਵਾਲੀ ਵਾਰ ਦੀ ਗੱਲ ਵੀ ਇਹ ਭਾਰਤੀ ਫੌਜਾਂ ਵੱਲੋਂ ਕੀਤੀ ਗਈ ਸੰਤ ਜਰਨੈਲ ਸਿੰਘ ਵੱਲੋਂ ਨਹੀਂ ਕੀਤੀ ਗਈ ਦਲਵੀਰ ਸਿੰਘ ਦੀ ਉਦੋਂ ਇੱਕ ਤਰ੍ਹਾਂ ਦਾ ਗੱਲ ਦੱਸ ਦੇਵਾਂ ਕਿਉਂਕਿ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਜੀ ਇਹ ਦੋ ਗਵਰਨਮੈਂਟ ਇੰਡੀਆ ਜਦੋਂ ਕੋਈ ਐਕਸ਼ਨ ਲੈਂਦੀ ਹੈ ਨਾ ਉਹਦਾ ਇੱਕ ਨਾਂ ਰੱਖਦੀ ਹੈ ਹਾਂਜੀ ਦਰਬਾਰ ਸਾਹਿਬ ਦੇ ਹਮਲੇ ਦਾ ਨਾਮ ਬਲੂਸਟਾਰ ਬਲੂਸਟਾਰ ਅਸੀਂ ਉਹਨੂੰ ਬਲੂਸਟਾਰ ਨੂੰ ਚਮੜੇ ਬੈਠੇ ਹਾਂ ਹਾਂਜੀ ਇੱਕ ਗੱਲ ਸਾਨੂੰ ਵੀ ਬੜੀ ਗਲਤ ਹੈ ਕਿ ਸਿੱਖ ਵੀ ਬਲੂਸਟਾਰ ਹੀ ਹੁਣ ਤੱਕ ਅਸੀਂ ਚਮਕਾਈ ਜਾਂਦੇ ਹਾਂ ਉਹ ਜੀ ਬਲੂਸਟਾਰ ਹੋਇਆ ਇਹ ਨਹੀਂ ਕਹਿੰਦੇ ਹਮਲਾ ਹੋਇਆ ਇੱਕ ਤਾਂ ਸਾਨੂੰ ਵੀ ਸਿੱਖਾਂ ਨੂੰ ਚਾਹੀਦਾ ਹੈ ਕਿ ਅਸੀਂ ਬਲੂਸਟਾਰ ਕਿਉਂ ਕਰੀ ਜਾਂਦੇ ਹਾਂ ਹਰ ਵਕਤ ਮੈਂ ਪਾਰਲੀਮੈਂਟ 'ਚ ਕਿਹਾ ਕਿ ਇਹ ਸਿੱਖਾਂ 'ਤੇ ਹਮਲਾ ਇਹ ਦਰਬਾਰ ਸਾਹਿਬ 'ਤੇ ਹਮਲਾ ਫੌਜ ਦਾ ਇਹ ਲਫ਼ਜ਼ ਵਰਤੋ ਹਾਲਾਂਕਿ ਇੱਕ ਤਾਂ ਤੁਸੀਂ ਵੀ ਸੋਚੋ ਕਿ ਅਸੀਂ ਵੀ ਹਰ ਘਰ ਉਹਦੇ ਦੂਜਾ ਇੱਕ ਜਿਹੜਾ ਹਮਲਾ ਹੋਇਆ ਨਾ ਸਾਡੇ 'ਤੇ ਜਿਹਦੇ 'ਚ ਜ਼ਿਆਦਾ ਸਿੱਖ ਮਰੇ ਉਹ ਹੈ ਰੋਜ਼ ਵੁੱਡ ਵੁੱਡ ਰੋਜ਼ ਉਹ ਕੀ ਸੀ ਕਿ ਦੋ ਜਰਨੈਲ ਸੀ ਹਾਂਜੀ ਇੱਕ ਜਰਨੈਲ ਤਾਂ ਉਹ ਲੱਗੇ ਜੇ ਦਰਬਾਰ ਸਾਹਿਬ 'ਚ ਗਏ ਹਾਂਜੀ ਇੱਕ ਜਰਨੈਲ ਸੀਗਾ ਜਿਹਨਾਂ ਦਾ ਡਿਊਟੀ ਸੀ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਇਹਨਾਂ ਵਿੱਚ ਅਟੈਕ ਕਰਨਾ ਉਹ ਜਨਰਲ ਜਾਮਵਾਲ ਸੀ ਆਰਮੀ ਉਹਨਾਂ ਦਾ ਇਹ ਸੀ ਵੀ ਜਿੰਨਾ ਇਲਾਕਾ ਹੈ ਉੱਥੇ ਜਾ ਕੇ ਵੇ ਟੈਰਿਸਟ ਫੜ ਕੇ ਮਾਰੋ ਕਿਉਂਕਿ ਪਿੰਡਾਂ 'ਚ ਜਿਹੜੇ ਲੋਕ ਉੱਠ ਕੇ ਆਏ ਦਰਬਾਰ ਸਾਹਿਬ ਬਚਾਉਣ ਲਈ ਜਦੋਂ ਰੌਲਾ ਪੈ ਗਿਆ ਉਹ ਉੱਥੇ ਗੋਲੀਆਂ ਚੱਲੀਆਂ ਉਹ ਜਿਹੜਾ ਵੁੱਡ ਰੋਜ਼ ਐਕਸ਼ਨ ਹੈ ਉਸ ਬਾਰੇ ਅੱਜ ਤੱਕ ਅਸੀਂ ਲਿਖਿਆ ਹੀ ਨਹੀਂ ਅਸਲ ਗੱਲ ਕੀ ਹੈ ਇੱਕ ਆਪਾਂ ਸਮਝ ਲਈਏ ਤੁਸੀਂ ਜਿੱਥੇ ਪੰਜਾਬ ਸਰਕਾਰ ਫੇਲ ਜਾਂ ਸਿੱਖ ਲੀਡਰਸ਼ਿਪ ਫੇਲ ਹੈ ਮੈਂ ਇਹਦੇ 'ਚ ਕੋਈ ਕਾਂਗਰਸ ਅਕਾਲੀ ਇਸ਼ੂ ਨਹੀਂ ਲੈਣਾ ਚਾਹੁੰਦਾ ਬਿਲਕੁਲ ਅਸੀਂ ਗੱਲਾਂ ਤਾਂ ਬੜੀਆਂ ਮਾਰਦੇ ਹਾਂ ਬਾਹਰਲੇ ਸਿੱਖ ਜ਼ਿਆਦਾ ਕਿਉਂਕਿ ਤੁਹਾਡੇ ਕੋਲ ਰਿਸੋਰਸਿਸ ਬਣੇ ਤਾਕਤ ਬੜੀ ਹੈ ਅੱਜ ਤੱਕ ਮੈਂ ਲੰਡਨ ਬੋਲਿਆ ਉੱਥੇ ਮੱਕੜ ਬੈਠਾ ਸੀ ਇਹ ਗੁਰਦੁਆਰਾ ਸਾਊਥ ਆਲ ਜੇ ਆਪਣਾ ਸਿੱਧੂ ਮੇਰੇ ਨਾਲ ਸੀ ਹਾਂਜੀ ਮੈਂ ਉੱਥੇ ਇਹ ਗੱਲ ਕਹੀ ਮੈਂ ਕਿਹਾ ਸਾਰੇ ਬੈਠੀ ਲੀਡਰਸ਼ਿਪ ਅੱਜ ਤੱਕ ਮੈਨੂੰ ਇਹ ਦੱਸ ਦਿਓ ਕਿ ਕੋਈ ਪੰਜਾਬ ਸਰਕਾਰ ਨੇ ਜਾਂ ਕਿਸੇ ਸੰਸਥਾ ਨੇ ਕੋਈ ਸਰਵੇ ਕੀਤਾ ਪੰਜਾਬ ਦਾ ਕਿ ਹਰ ਪਿੰਡ 'ਚ ਕਿੰਨੇ ਸਿੱਖ ਮਰੇ ਜੀ ਕੋਈ ਹੈ ਆਪਣੇ ਕੋਲ ਫਿਕਰ ਕੋਈ ਹੈ ਗੱਲਾਂ ਵੱਡੀਆਂ ਪਰ ਅਸੀਂ ਜਿਹੜੀ ਹੈ ਨਾ ਸਿੱਖ ਸਾਡੀ ਲੀਡਰਸ਼ਿਪ 'ਚ ਜਾਂ ਸਿੱਖ ਵਿਚਾਰਵਾਨਾਂ 'ਚ ਹੁਣ ਇਹ ਆ ਗਿਆ ਕਿ ਅਸੀਂ ਐਕਸ਼ਨ ਨਹੀਂ ਲੈਣਾ ਕਹਿਣਾ ਬੜਾ ਕੁਛ ਸਟੇਜਾਂ ਤੋਂ ਅਖਬਾਰਾਂ ਬਿਆਨ ਐਕਸ਼ਨ ਦੇ ਵੀ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਸਾਰੇ ਕਾਂਡ ਜਿਹੜਾ 10 ਸਾਲ ਚੱਲਿਆ ਇਹਦੇ 'ਚ ਪੰਜਾਬ ਦਾ ਕਿੰਨਾ ਸਿੱਖ ਮਰਿਆ ਮੈਂ ਪਾਰਲੀਮੈਂਟ 'ਚ ਕਿਹਾ ਕਿ 30,000 ਮਰੇ ਮੇਰੇ ਆਪਣੇ ਦਾਦੀ 30,000 ਸਿੱਖ ਮਰਿਆ ਲੇਕਿਨ ਅੱਜ ਤੱਕ ਅਸੀਂ ਕੋਈ ਡਾਇਰੈਕਟਰੀ ਬਣਾ ਸਕੇ ਹਾਂ ਭਰਾਓ ਵੀ ਲੋਕ ਸ਼ਹੀਦ ਹੋ ਗਏ ਜਵਾਨ ਮਰ ਗਏ ਪਤਾ ਹੀ ਨਹੀਂ ਕਿਸੇ ਨੂੰ ਵੀ ਹੁਣ ਵੀ ਲੋੜ ਹੈ ਕਿ ਅਸੀਂ ਇੱਕ ਟੀਮ ਬਣਾਈਏ ਲੋਕ ਤਾਂ ਸੈਕਿੰਡ ਵਰਲਡ ਵਾਰ ਦੇ ਇਤਿਹਾਸ ਲਿਖੇ ਜਾ ਰਹੇ ਹਨ ਇਕੱਲੇ ਇਕੱਲੇ ਯੂਰਪ ਦੇ ਪਿੰਡ ਦੀਆਂ ਕਿਤਾਬਾਂ ਬਣ ਗਈਆਂ ਕਿ ਉਸ ਪਿੰਡ 'ਚ ਕੀ ਹੋਇਆ ਅਤੇ ਸਾਡਾ ਪੰਜਾਬ ਵਿੱਚ ਇਤਨਾ ਖੂਨ ਵਗਿਆ ਹੋਵੇ ਇੱਕ ਹੁਣ ਵੀ ਸਰਵੇ ਕਰੋ ਪਿੰਡ ਵਾਈਜ਼ ਕੀ ਹੋਇਆ ਬਿਲਕੁਲ ਜਜ਼ਬਾਤੀ ਜਜ਼ਬਾਤੀ ਛੱਡੋ ਹਰ ਪਿੰਡ ਦੀ ਲਿਸਟ ਹੋਵੇ
ਪੂਰਾ ਪੰਜਾਬ ਜੀ ਪਹਿਲਾਂ ਬਣੇ, ਫਿਰ ਪੰਜਾਬੋਂ ਬਾਹਰ ਲੋਕ ਜੰਮੂ 'ਚ ਬੜੇ ਮਰੇ। ਜਿਹੜੇ ਜਿਹੜੇ ਮਰੇ ਨਾ ਉਹਦੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਉਹ ਵੱਖਰਾ ਕੇਸ ਹੈ। ਲੇਕਿਨ ਜਿਹੜਾ ਪੰਜਾਬ 'ਚ ਇਹ ਹੋਇਆ ਵੁੱਡਰੋਲ ਆਇਆ, ਦੂਜੇ ਹੋਏ, ਫਿਰ ਆਤੰਕਵਾਦ ਆਇਆ, ਕਿਵੇਂ ਜਦੋਂ ਇਹ ਪੰਜਾਬ ਪੁਲਿਸ ਲੱਗ ਗਈ ਸਿੱਖਾਂ ਨੂੰ ਮਾਰਨ ਲਈ, ਉਹ ਬੜੇ ਉਹਦਾ ਇੱਕ ਵੱਖਰੀ ਕਿਉਂ ਨਾ ਇਤਿਹਾਸ ਬਣੇ, ਰਿਕਾਰਡ ਦਾ ਰਹੇ, ਹੁਣ ਤੱਕ ਨਹੀਂ ਸਾਡੇ ਕੋਲ। ਜਿੱਦਾਂ ਤੁਸੀਂ ਅੰਦਾਜ਼ੇ ਮੁਤਾਬਕ 30,000 ਦੇ ਕਤਲ ਦੀ ਗੱਲ ਕੀਤੀ, ਉਹ ਤਾਂ ਜਸਵੰਤ ਖਾਲੜਾ ਨੇ ਕਿਹਾ ਸੀ ਕਿ 25,000 ਤਾਂ ਲਾਸ਼ਾਂ ਇਹੋ ਜਿਹੀਆਂ ਜਿਹੜੀਆਂ। ਮੈਂ ਵਿਚਾਰ ਨਹੀਂ, ਖਾਲੜੇ ਦਾ ਕੇਸ ਮੈਂ ਲੜਿਆ, ਮੈਂ ਹਿਊਮਨ ਰਾਈਟ ਕਮਿਸ਼ਨ ਦਾ ਮੈਂਬਰ ਰਿਹਾ ਜੀ। ਮੈਂ ਹਿਊਮਨ ਰਾਈਟ ਕਮਿਸ਼ਨ ਦਾ ਮੈਂਬਰ ਬਣਿਆ 2003 'ਚ, ਤਾਂ ਮੈਂ ਪਹਿਲੀ ਫਾਈਲ ਖਾਲੜਾ ਦੀ ਕਢਾਈ। ਠੀਕ, ਉਸ ਮੁਤਾਬਕ ਫਿਰ ਇੱਕ ਸਾਡਾ ਕੋਰਟ ਬੈਠੀ ਹੈ, ਉਹ ਗਈ ਪੰਜਾਬ ਖਾਲੜਾ ਦੀ ਸਾਰੀ ਕਢਾ ਕੇ, ਉਹ ਫਿਰ ਪੰਜਾਬ ਗੌਰ ਮਿਲ ਕੇ ਉਹਨਾਂ ਨੇ 600 ਆਦਮੀ ਲੱਭੇ, ਉਹਨਾਂ ਨੂੰ ਕੰਪਨਸੇਸ਼ਨ ਵੀ ਦਵਾਈ ਹੈ ਮਿਲਿਆ। ਲੇਕਿਨ ਹਾਲਾਂ ਵੀ ਬੜੇ ਅਣਗਿਣਤ ਲਾਸ਼ਾਂ ਦਾ ਹਿਸਾਬ ਨਹੀਂ ਹੋਇਆ, ਉਹ ਵੀ ਚੱਲ ਰਿਹਾ। ਲੇਕਿਨ ਜੇ ਸਰਵੇ ਹੋਏਗਾ ਤਾਂ ਆਪੇ ਉਹ ਵੀ ਪਤਾ ਲੱਗ ਜਾਏਗਾ। ਬਿਲਕੁਲ, ਦੇਖੋ ਗੁਜਰਾਤ ਜਦੋਂ ਵਾਕਿਆ ਹੋਇਆ, ਅਸੀਂ ਮੈਂ ਮਰਾਠੀ ਕਮਿਸ਼ਨ 'ਚ ਅਸੀਂ ਗਏ, ਅਸੀਂ ਉੱਥੇ ਇੱਕੋ ਪਹਿਲਾ ਕੰਮ ਇਹ ਕਰਾਇਆ ਕਿ ਮੁਸਲਮਾਨ ਕਹਿੰਦੇ ਜ਼ਿਆਦਾ ਮੁਸਲਮਾਨ ਮਰ ਗਏ, ਮਰੇ ਸੀ ਟੋਟਲ 800। ਠੀਕ, ਲੇਕਿਨ ਗੱਲ ਹਾਲੇ ਵੀ ਲੋਕ ਦੀ ਹਜ਼ਾਰਾਂ। ਮੈਂ ਉੱਥੇ ਪਹਿਲਾ ਕੰਮ ਇਹ ਕਰਵਾਇਆ ਕਿ ਗੌਰਮੈਂਟ ਤੋਂ ਇੱਕ ਇਸ਼ਤਿਹਾਰ ਦਵਾਇਆ ਅਖਬਾਰਾਂ 'ਚ ਕਿ ਕਿਸੇ ਗੁਜਰਾਤ ਦੇ ਇਲਾਕੇ ਜਿੱਥੇ ਕੋਈ ਮੁਸਲਮਾਨ ਮਿਸਿੰਗ ਜਾਂ ਕੋਈ ਮਰਿਆ, ਉਹਦੀ ਤੁਰੰਤ ਸਰਕਾਰੀ ਰਿਕਾਰਡ 'ਚ ਲਿਆਏਗਾ। ਲਓ ਜੀ, ਉਹ ਸਾਰੀ ਰਿਕਾਰਡ ਬਣਿਆ, ਕੋਈ ਟੋਟਲ ਮਿਸਿੰਗ 15 ਨਿਕਲੇ, 800 ਉਹ ਅਤੇ 15 ਟੋਟਲ ਡੈਥ ਹੋਈ। ਸਾਰਾ ਗੁਜਰਾਤ ਦਾ ਪਿੰਡ ਵਾਈਜ਼ ਸਰਵੇ ਹੋ ਕੇ ਕਿਤਾਬ ਬਣ ਗਈ, ਸਾਡੇ ਅਸੀਂ ਆਪ ਹੁਣ ਤੱਕ ਨਹੀਂ ਕਰ ਸਕੇ। ਸੋ ਪੰਜਾਬ ਇਸ ਕਰਕੇ ਸਰਕਾਰ ਤਾਂ ਸਾਡੀ ਕੋਈ ਆਈ, ਉਹ ਤਾਂ ਰਾਜ ਕਰਨ ਨੂੰ ਆਉਂਦੀ, ਉਹ ਇਸ ਵਾਰ ਕਦੇ ਨਹੀਂ ਆਈ ਕਿ ਅਸੀਂ ਸਾਡੀ ਜਿਹੜੀ ਵਚਨਬੰਧਤਾ ਸਿੱਖੀ ਨਾਲ, ਵਚਨਬੰਧਤਾ ਹੋਰ ਚੀਜ਼ ਆ, ਪੋਲਿਟਿਕਸ ਹੋਰ ਚੀਜ਼, ਚਾਹੇ ਅਮਰਿੰਦਰ ਸਿੰਘ ਹੋਵੇ ਚਾਹੇ ਬਾਦਲ ਸਾਹਿਬ, ਸਿੱਖੀ ਨਾਲ ਪੰਜਾਬ ਨਾਲ ਸਵਾਲ ਤਾਂ ਜਿਹੜਾ ਇਹ ਵਚਨਬੰਧਤਾ, ਇਹਦੇ 'ਚ ਕੋਈ ਨਹੀਂ ਆਉਂਦਾ, ਕੋਈ ਕਹਿੰਦਾ ਹੀ ਇਹ ਹੁਣ ਵੀ ਲੋੜ ਹੈ। ਤੁਸੀਂ ਬਾਹਰਲੇ ਬੜੇ ਤਕੜੇ ਹੋ, ਅਰਬਾਂ ਰੁਪਏ ਲਾ ਰਹੇ ਹੋ ਗੁਰਦੁਆਰਿਆਂ ਬਣਾਉਣ 'ਤੇ, ਉੱਧਰ ਹੀ ਸਾਰਾ ਜ਼ੋਰ ਲੱਗ ਰਿਹਾ ਵੀ ਗੁਰਦੁਆਰਾ ਵੱਡਾ ਬਣੇ, ਆਲੀਸ਼ਾਨ ਬਣੇ, ਸਿੱਖੀ ਚਾਹੇ ਕੱਚੀ ਰਹਿ ਜਾਏ, ਗੁਰਦੁਆਰਾ ਪੱਕਾ ਹੋ ਜਾਏ। ਸੋ ਇੱਧਰ ਹੀ ਕੋਈ ਪੈਸਾ, ਇੱਧਰ ਹੀ ਕੋਈ ਬਾਹਲੀ ਟੀਮ ਹੀ ਕਰ ਲਏ। ਸੋ ਕਿਉਂਕਿ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ, ਖਾਸ ਕਰਕੇ ਯੂਕੇ ਅਤੇ ਯੂਰਪ ਦੀਆਂ ਸਿੱਖ ਸੰਸਥਾਵਾਂ ਬਿਲਕੁਲ ਦੇਖ ਰਹੀਆਂ ਨੇ ਲਾਈਵ, ਅਤੇ ਇਹਦੇ ਪੱਖੋਂ ਇਹ ਯਤਨ ਕਰਨ ਦੀ ਲੋੜ ਹੈ ਕਿ ਜਜ਼ਬਾਤੀ ਨਾਅਰੇਬਾਜ਼ੀ ਛੱਡ ਕੇ ਕੋਈ ਅਮਲੀ ਕੰਮ ਵੀ ਕੀਤਾ ਜਾਵੇ, ਪੰਜਾਬ ਦੇ ਪਿੰਡਾਂ ਤੱਕ ਅਪਰੋਚ ਕਰਕੇ ਇੱਕ ਕੋਈ ਇਹੋ ਜਿਹੀ ਲਿਸਟ ਹੀ ਤਿਆਰ ਕਰਤੀ ਜਾਵੇ ਜਿਹੜੀ ਭਰੋਸੇਯੋਗ ਹੋਵੇ, ਅਤੇ ਪਤਾ ਲੱਗੇ ਕਿ ਕਿੰਨੇ ਸਿੰਘ ਸ਼ਹੀਦ ਹੋਏ, ਕਿੰਨਿਆਂ 'ਤੇ ਜਨਮ ਹੋਇਆ, ਕਿੰਨੇ ਪਰਿਵਾਰਾਂ ਨੂੰ ਤਸ਼ੱਦਦ ਦੇਣਾ ਪਿਆ, ਤਾਂ ਕਿ ਅਸੀਂ ਦੁਨੀਆਂ ਦੇ ਸਾਹਮਣੇ ਆਪਣਾ ਕੇਸ ਵਧੀਆ ਤਰੀਕੇ ਨਾਲ ਰੱਖ ਸਕੀਏ। ਹਾਂਜੀ, ਹੋਰ ਗੱਲਾਂ, ਪਤਾ ਨਹੀਂ ਕਿੰਨਾ ਟਾਈਮ ਤੁਹਾਡੇ ਕੋਲ, ਤੁਸੀਂ ਮਿਲ ਕੇ ਗੱਲ ਕਰੋ ਜੀ। ਸਰਕਾਰ ਭਾਰਤ ਦੀ ਅਤੇ ਸਾਡੀ ਸੁਪਰੀਮ ਕੋਰਟ, ਹਾਂਜੀ, ਪਿਛਲੇ 2 ਸਾਲਾਂ ਤੋਂ ਸਾਰਾ ਜ਼ੋਰ ਲਗਾ ਰਹੀ ਹੈ ਕਿ ਗੁਜਰਾਤ ਦੇ ਜਿੰਨੇ ਐਨਕਾਊਂਟਰ ਝੂਠੇ ਹੋ ਜੀ, ਉਹਦੀ ਇਨਕੁਆਇਰੀ ਹੋ ਗਈ। ਠੀਕ, ਤਾਂ ਟੋਟਲ 2 ਨਿਕਲੇ। ਠੀਕ, ਕੇਵਲ 2 ਐਨਕਾਊਂਟਰ ਜਿਹੜੇ ਹੋਏ ਜਿੱਥੇ ਕਿ ਉਹ ਕਹਿੰਦੇ ਵਿਦੋਸ਼ੇ ਮਾਰਤੇ ਇਹਨਾਂ ਨੇ, ਉਹਦੇ 'ਚ ਇੱਕ ਆਈ ਜੀ, 2 ਐੱਸ ਪੀ, 4 ਦੂਜੇ, 1 ਹੋਮ ਮਿਨਿਸਟਰ, ਇਹ ਜੇਲ੍ਹ 'ਚ ਇਨਕੁਆਇਰੀ ਹੋ ਰਹੀ ਹੈ 2 ਐਨਕਾਊਂਟਰਾਂ ਦੀ। ਮੈਂ ਪਾਰਲੀਮੈਂਟ 'ਚ ਬੋਲਿਆ, ਮੈਂ ਕਿਹਾ ਬਹੁਤ ਅੱਛਾ ਹੋ ਰਿਹਾ ਅਸੀਂ ਤੁਹਾਡੇ ਹੱਕ 'ਚ, ਪਰ ਜਿਹੜੇ ਸਾਡੇ ਸੈਂਕੜੇ ਹੋ ਗਏ ਉਹਦੀ ਲਿਸਟ ਦਿਖਾ ਦਿਓ। ਪੰਜਾਬ ਤਾਂ ਸੈਂਕੜੇ ਹੋਏ ਨੇ ਸਾਡੇ, ਵੇਖੋ ਨਾ ਕੌਂਕੇ ਸਾਹਿਬ ਅਕਾਲ ਤਖ਼ਤ ਦੇ ਤਾਰ, ਉਹਨਾਂ ਦਾ ਕੇਸ ਮੈਂ 2 ਵਾਰੀ ਪਾਇਆ ਹਿਊਮਨ ਰਾਈਟ, ਉਹ ਫੜ ਕੇ ਮਾਰੇ, ਐਨਕਾਊਂਟਰ ਦਿਖਾਇਆ। ਠੀਕ ਹੈ, ਅੱਜ ਤੱਕ ਪੰਜਾਬ ਸਰਕਾਰ, ਪੰਜਾਬ ਸ਼੍ਰੋਮਣੀ ਕਮੇਟੀ, ਕੋਈ ਸੰਸਥਾ ਕਿ ਝੂਠੇ ਐਨਕਾਊਂਟਰ ਵਿੱਚ ਕਿੰਨੇ ਸਿੱਖ ਮਰੇ, ਬਿਲਕੁਲ ਪੁਲਿਸ ਰਿਕਾਰਡ 'ਚ, ਪੁਲਿਸ ਕਹਿੰਦੀ ਹੈ ਨਾ ਕਿ ਐਨਕਾਊਂਟਰ 'ਚ ਮਰਿਆ, ਉਹਦਾ ਇਨਾਮ ਹੀ ਲੈਂਦੀ ਹੈ, ਲੇਕਿਨ ਸਾਡੇ ਕੋਲ ਕੋਈ ਲਿਸਟ ਹੈ? ਅਤੇ ਜਦੋਂ ਹੁਣ ਇਹਨਾਂ ਮੁਕੱਦਮੇ ਚੱਲ ਰਹੇ ਗੁਜਰਾਤ ਦੇ, ਅਸੀਂ ਵੀ ਇੱਕ ਪਾ ਦਈਏ ਮੁਕੱਦਮਾ ਸੁਪਰੀਮ ਕੋਰਟ 'ਚ, ਕਿਹਾ ਐਨਕਾਊਂਟਰ ਦੀ ਇਨਕੁਆਇਰੀ ਕਰੋ, ਕਿਸੇ ਨੇ ਅੱਜ ਤੱਕ ਨਹੀਂ। ਬਾਕੀ ਇਹਦਾ ਕੀ ਕਰਨਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ, ਕਹਿ ਰਿਹਾ ਬਈ ਅਸੀਂ ਇੱਕ ਐਨਕਾਊਂਟਰਾਂ ਦੀ ਲਿਸਟ ਬਣਾ ਲਈਏ, ਉਹ ਤਾਂ ਪੁਲਿਸ ਰਿਕਾਰਡ 'ਚ ਹੈ, ਕਿਉਂਕਿ ਪੁਲਿਸ ਰਿਕਾਰਡ ਲਿਖਿਆ ਤਾਂ ਉਹ ਸਾਰੇ ਝੂਠੇ, ਸਾਡੇ ਕੋਲ ਕੋਈ ਰਿਕਾਰਡ ਨਹੀਂ, ਨਾ ਅਸੀਂ ਉਹਨੂੰ ਛੇੜਿਆ ਅੱਜ ਤੱਕ। ਹੋਰ ਦੇਖੋ, ਜਿੰਨਾ ਅਫਸਰਾਂ ਨੇ ਮਾਰੇ ਉਹੀ ਅਫਸਰ ਹੋਣ ਸਭ ਤੋਂ ਵੱਡੇ, ਜਿਹੜੇ ਪੁਲਿਸ ਅਫਸਰ ਸਾਨੂੰ ਮਾਰਨ ਵਾਲੇ ਸੀ ਨਾ, ਉਹ ਜਿਹੜੀ ਸਰਕਾਰਾਂ ਆਈਆਂ ਚਾਹੇ ਕਾਂਗਰਸ ਚਾਹੇ ਅਕਾਲੀ, ਹੋਰ ਤਰੱਕੀਆਂ ਕਰਦੇ ਰਹੇ, ਉਹ ਵੱਡੇ ਵੱਡੇ ਡੀ ਜੀ ਬਣ ਗਏ, ਆਈ ਜੀ ਬਣ ਗਏ, ਨਾਲੇ ਉਹਨਾਂ ਨੇ ਨਾਮ ਲਏ ਸਿੱਖ ਮਾਰਨ ਦੇ, ਉਹ ਫਿਰ ਰਾਜ ਕਰਦੇ, ਕਿਉਂਕਿ ਉਹ ਹਰਕ ਦੇ ਰਿਸ਼ਤੇਦਾਰ ਹੈ, ਕੋਈ ਕਾਂਗਰਸੀ ਦਾ ਰਿਸ਼ਤੇਦਾਰ, ਕੋਈ ਅਕਾਲੀ ਦਾ ਰਿਸ਼ਤੇਦਾਰ, ਬਸ ਉਹ ਮੌਜਾਂ ਵੀ ਕਰਨ, ਕੋਈ ਲੈਂਦਾ ਮੈਨੂੰ ਇੱਕ ਦੱਸ ਦਿਓ।
ਕਿਸੇ ਪੰਜਾਬ ਇੱਕ ਮਰਿਆ ਵਿਚਾਰਾ ਉਹ ਜਿਹੜਾ ਖੁਦਕੁਸ਼ੀ ਕਰਕੇ ਅਜੀਤ ਸਿੰਘ, ਉਸ ਤੋਂ ਬਾਅਦ ਕਿਹੜੇ ਅਫਸਰ ਦਾ ਕੋਈ ਐਕਸ਼ਨ ਹੋਇਆ? ਇੱਕ ਤਾਂ ਦਿਖਾ ਦਿਓ, ਔਰ ਉੱਥੇ ਦੇਖ ਲਓ ਆਈ ਜੀ ਔਰ ਪੂਰੀ ਜੇਲ੍ਹ 'ਚ ਬੈਠੇ ਨੇ ਗੁਜਰਾਤ 'ਚ, ਪੰਜਾਬ 'ਚ ਕਿਉਂ ਨਹੀਂ? ਅਸੀਂ ਗੱਲਾਂ ਬੜੀਆਂ ਵੱਡੀਆਂ ਕਿੰਨੀਆਂ ਸਾਡੀਆਂ ਹਿਊਮਨ ਰਾਈਟਸ ਪਾਰਟੀ ਨੂੰ, ਕੋਈ ਲਿਸਟ ਬਣਾਓ ਪੰਜਾਬ ਪੁਲਿਸ ਨੇ ਕਿਸੇ ਨੇ ਕੀਤਾ? ਮੈਂ ਕੇਸ ਪਾਇਆ ਪਾਰਲੀਮੈਂਟ 'ਚ, ਬੋਲਿਆ ਮੈਂ, ਹੋਮ ਮਿਨਿਸਟਰ ਨੂੰ ਖੜਾਉਣਾ ਪਿਆ, ਮੈਂ ਕਿਹਾ ਜਿਹੜੇ ਪੁਲਿਸ ਅਫਸਰ ਦਿੱਲੀ ਜਦੋਂ ਰਾਇਟਸ ਹੋਏ ਉਹਨਾਂ ਦਾ ਨਾਂ ਆਇਆ ਕਪੂਰ ਕਮੇਟੀ ਰਿਪੋਰਟ 'ਚ ਕਿ ਇਹ ਪੁਲਿਸ ਅਫਸਰਾਂ ਦੀ ਅਣਗਹਿਲੀ ਹੈ, ਜਿਆਦਤੀ ਹੈ, ਉਹਨਾਂ ਦੀ ਲਿਸਟ ਦਿਖਾਈ ਮੈਂ ਪਾਰਲੀਮੈਂਟ, ਮੈਂ ਕਿਹਾ ਇਹਨਾਂ ਪੁਲਿਸ ਅਫਸਰਾਂ ਖਿਲਾਫ਼ ਕੀ ਕਾਰਵਾਈ ਹੋਈ? ਚਿਦੰਬਰਮ ਹੋਮ ਮਿਨਿਸਟਰ ਨੂੰ ਖੜਾਉਣਾ ਪਿਆ, ਉਹ ਕਹਿੰਦਾ ਜੀ ਕਿ ਰਿਟਾਇਰ ਹੋ ਗਏ, ਅਤੇ ਮੈਂ ਕਿਹਾ ਜੀ ਰਿਟਾਇਰ ਹੋ ਗਏ ਤਾਂ ਕੀ ਕਰੋ, ਬੁਲਾਏ ਨਹੀਂ ਜਾ ਸਕਦੇ, ਪੈਨਸ਼ਨ ਰੋਕੋ, ਇੱਕ ਅਮੋਦ ਕਾਂਤ ਹੈ ਉਹਦਾ ਹੁਣ ਵੀ ਕੇਸ ਚੱਲ ਰਿਹਾ, ਮੈਂ ਕਿਹਾ ਉਹਨੂੰ ਤੁਸੀਂ ਇਨਾਮ ਵੀ ਦੇ ਦਿੱਤਾ ਪ੍ਰਮੋਸ਼ਨ ਵੀ ਦੇ ਦਿੱਤੀ, ਉਹ ਪੁਲਿਸ ਵਾਲੇ ਉਹ ਹਲਾਉਣ ਕੇਸ ਉਹਦਾ ਉਹ ਚੱਲ ਰਿਹਾ, ਅਤੇ ਜੇ ਮੈਂ ਇਕੱਲਾ ਦਿੱਲੀ ਦਾ ਚੁੱਕ ਸਕਦਾ ਕੇਸ ਪਾਰਲੀਮੈਂਟ, ਮੈਨੂੰ ਤਾਂ ਕੋਈ ਸ਼ਰਮ ਆਈ ਨਾ, ਮੈਨੂੰ ਡਰ ਆਇਆ, ਇਹ ਪੰਜਾਬ ਦਾ ਅੱਜ ਤੱਕ ਕਿਸੇ ਚੁੱਕਿਆ? ਇਹ ਦੋ ਗੱਲਾਂ ਹੁੰਦੀਆਂ, ਇੱਕ ਤਾਂ ਇੰਨੇ MLA ਆਏ ਕੋਈ ਅਸੈਂਬਲੀ ਕਿਸੇ ਬੋਲਿਆ, ਇੱਕ ਤਾਂ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਦੂਜੀ ਉਹ ਕੰਮ ਕਰਨ ਦੀ ਸਿਆਣਪ ਵੀ, ਸੂਝ ਵੀ, ਕਿੱਥੇ ਗੱਲ ਕਰਨੀ ਇਹ ਪਤਾ ਹੋਣਾ ਚਾਹੀਦਾ। ਮੇਰਾ ਖਿਆਲ ਸ਼ਾਇਦ ਸਾਡੀ ਲੀਡਰਸ਼ਿਪ ਇੰਨੀ ਕੁ ਇੰਨੀ ਕਾਬਲ ਵੀ ਨਹੀਂ, ਅਤੇ ਜਾ ਉਹਨਾਂ ਦੇ ਵਿੱਚੋਂ ਸੰਵੇਦਨਸ਼ੀਲਤਾ ਕਾਬਲੀਅਤ ਸਭ ਤੋਂ ਜ਼ਿਆਦਾ, ਜੇ ਪੈਸੇ ਕਮਾਉਣੇ ਤਾਂ ਉਹ ਕਾਬਲੀਅਤ ਕਿੱਥੋਂ ਆ ਜਾਂਦੀ ਹੈ? ਤੁਹਾਡੇ ਕੋਲ ਲੇਕਰ ਜੀ ਵਚਨ ਬਣਤਾ ਹੈ ਕੌਮ ਨਾਲ, ਉਹ ਕਾਇਮ ਰੱਖੋ, ਪੈਸੇ ਕਮਾਓ ਜਿੰਨੇ ਮਰਜ਼ੀ, ਪੈਸੇ ਹੈ ਨਹੀਂ ਇਸ ਕੰਮ ਲਈ। ਹਾਂਜੀ, ਇਹ ਸਰਕਾਰ ਤੋਂ ਚਾਹੁੰਦੇ ਤੁਹਾਡੇ ਕੋਲ ਵਚਨਬੱਧਤਾ ਵੀ ਹੈ, ਸਮਰੱਥਾ ਵੀ ਹੈ, ਜੇ ਤੁਸੀਂ ਇਹ ਪੰਜਾਬ 'ਚ ਵੀ ਜਦੋਂ ਦਿੱਲੀ 'ਚ ਕੰਮ ਕੀਤਾ ਪੰਜਾਬ 'ਚ ਕਰਨਾ ਚਾਹੋ, ਜਦੇ ਮੇਰਾ ਤਾਂ ਪੰਜਾਬ ਦਾ ਕੋਈ ਹੈ ਨਹੀਂ, ਮੈਨੂੰ ਤਾਂ ਪੰਜਾਬ ਵਾਲੇ ਕੋਈ ਦਿੰਦੇ ਨਹੀਂ ਕੱਢਿਆ, ਮੈਨੂੰ ਤਾਂ ਨਾ ਕੋਈ ਕਿਉਂਕਿ ਮੈਂ ਤਾਂ MP ਮੈਂ ਹਰਿਆਣੇ ਤੋਂ ਬਣਿਆ, ਉਹ ਵੀ ਇੰਡੀਪੈਂਡੈਂਟ, ਅਤੇ ਮੈਂ ਤਾਂ 6 ਸਾਲ ਆਪਣੀ ਜੋ ਕਾਰਵਾਈ ਕੀਤੀ ਪਾਰਲੀਮੈਂਟ, ਸਾਰੀ ਪਾਰਲੀਮੈਂਟ 'ਚ ਕੋਈ ਨਹੀਂ ਸਪੀਚ ਜਿਹਦੇ 'ਚ ਮੈਂ ਬਲੈਕ ਲਿਸਟ ਨਾ ਲਿਆਉਂਦੀ ਹੋਵੇ, ਕੋਈ ਐਸੀ ਚੀਜ਼ ਨਹੀਂ ਜਦੋਂ ਮੈਂ ਸਿੱਖਾਂ ਦਾ ਕਾਜ਼ ਨਾ ਉਠਾਇਆ ਹੋਵੇ, ਮੈਂ ਤਾਂ ਆਪਣੀ ਡਿਊਟੀ ਪੂਰੀ ਕੀਤੀ। ਬਲੈਕ ਲਿਸਟ ਕਿੱਥੇ ਖੜੀ ਹੈ ਇਹਦੇ ਬਾਰੇ ਮਾਰੀ? ਹਾਂਜੀ, ਬਲੈਕ ਲਿਸਟ ਜਿਹੜੀ ਕਿੱਥੇ ਖੜੀ? ਬਲੈਕ ਲਿਸਟ ਬਹੁਤ ਦੂਰ ਹੋਈ ਹੈ, ਇਹ ਤੁਹਾਨੂੰ ਪਤਾ ਹੈ, ਪਹਿਲਾ ਕੇਸ ਮੈਂ ਲੜਿਆ ਸੀ ਪਨੇਸਰ ਦਾ, ਬਰਮਿੰਘਮ ਦਾ, ਜਿਹਦੇ ਗੁਰਦੁਆਰੇ ਬਣਾਏ ਜਾ ਰਹੇ, ਯਾਦ ਹੈ ਜੀ? ਉਹ ਮੈਂ ਪਨੇਸਰ ਦਾ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਵੀ ਉੱਥੇ ਮੈਂ ਬਰਮਿੰਘਮ ਗਿਆ, ਕਹਿੰਦੇ ਜੀ ਪਨੇਸਰ ਸਾਹਿਬ ਨੇ ਬੁਲਾਏ, ਮੈਂ ਕੀ ਝਗੜਾ, ਕਹਿੰਦੇ ਮੈਂ ਗੁਰਦੁਆਰਿਆਂ ਦੀ ਸੇਵਾ ਕਰਦਾ ਪਾਕਿਸਤਾਨ ਦੀ, ਉਹ ਮੈਨੂੰ ਵੀਜ਼ਾ ਦੇ, ਉਹਦਾ ਲੜਿਆ ਕਿ ਮੈਂ ਉਹਨੂੰ ਵੀਜ਼ਾ ਦਵਾਇਆ, ਉਹ ਇੰਡੀਆ ਆਇਆ, ਸ਼ੁਰੂ ਮੈਂ ਉੱਥੋਂ ਕੀਤਾ, ਕਿੰਨੇ ਗੱਲ ਹੋ ਗਈ ਜੀ ਇਹ, ਇਹਦੇ ਕੋਲ 8-9 ਸਾਲ ਦੀ ਗੱਲ। ਹਾਂਜੀ, ਅਤੇ ਉਸ ਤੋਂ ਬਾਅਦ ਮੈਂ ਤਾਂ ਕੋਈ ਜਿੰਨਾ ਮੇਰੇ ਕੋਲ ਆਏ ਮੈਂ ਕੇਸ ਡੀਲ ਕੀਤੇ, ਉਹ ਕਢਾਏ, ਲੇਕਿਨ ਲਿਸਟ ਹਾਲਾਂ ਵੀ ਹੈ, ਉਹ ਲਿਸਟ ਗੌਰਮੈਂਟ ਦੱਸਦੀ ਨਹੀਂ। ਇਹ ਇਹ ਮੈਂ ਤਾਂ ਇੱਕੋ ਗੱਲ ਕਹੀ ਸੀ ਕਿ ਹੁਣ ਲਾਸਟ ਪਾਰਲੀਮੈਂਟ ਕਿ ਜਿੰਨੇ ਸਿੱਖ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਹਨ ਉਹਨਾਂ ਦੀ ਕਮੇਟੀ ਬਣਾ ਦਿਓ, ਤੁਸੀਂ ਅਕਾਲੀਆਂ ਦੇ ਦਰਬਾਰ ਨਹੀਂ, ਤੁਹਾਨੂੰ ਜਿਹੜੇ ਕਾਂਗਰਸੀ MP ਹੈ ਇਸ ਵੇਲੇ ਉਹਨਾਂ ਦੀ ਕਮੇਟੀ ਬਣਾ ਕੇ ਭਾਰਤ ਸਰਕਾਰ ਇਕੱਲਾ ਇਕੱਲਾ ਨਾਂ ਉਹਨਾਂ ਨੂੰ ਪੁੱਛੇ ਤਾਂ ਕਿ ਉਹ ਜ਼ਿੰਮੇਵਾਰੀ ਲੈਣ ਅਤੇ ਉਹ ਨਾਂ ਕੱਢਿਆ ਜਾਵੇ। ਇਹ ਖਤਮ ਤਾਂ ਹੋਏਗੀ ਜਦੋਂ ਕਿ ਮੈਂਬਰ ਪਾਰਲੀਮੈਂਟ ਸਾਰੇ ਇਕੱਠੇ ਹੋ ਕੇ ਇਸ ਗੱਲ ਨੂੰ ਪੈਣ, ਔਰ ਪੰਜਾਬ ਸਰਕਾਰ ਵੀ ਆਪਣੀ ਇੱਕ ਲਿਸਟ ਭੇਜੇ, ਉਹ ਜਿਹੜੇ ਬਹਾਨੇ ਪਾਉਂਦੇ ਨੇ ਜੀ ਪੰਜਾਬ ਨੂੰ ਖਤਰਾ, ਉਹਨਾਂ ਤੋਂ ਉਹ ਖਤਰਾ ਪੰਜਾਬ ਲਿਖੇ, ਸਾਨੂੰ ਕੋਈ ਖਤਰਾ ਨਹੀਂ। ਹਾਂਜੀ, ਮੈਂ ਇੱਕੋ ਗੱਲ ਕਹੀ ਸੀ ਕਿ ਜਿਹਦੇ ਖਿਲਾਫ਼ ਕਤਲ ਦਾ ਕੇਸ ਜਾਂ ਕੋਈ ਹੋਰ ਹੈ ਉਹਨਾਂ ਨਾ ਦਿਓ, ਜੇ ਜਿਹਦੇ ਖਿਲਾਫ਼ ਕੋਈ ਕ੍ਰਿਮੀਨਲ ਕੇਸ ਪੰਜਾਬ 'ਚ ਨਹੀਂ ਉਹਨੂੰ ਲਿਸਟ 'ਚੋਂ ਬਾਹਰ ਕੱਢ, ਕਤਲ ਦਾ ਵੀ ਕੇਸ ਹੈ ਤੇ ਲੈਣ ਵੀ ਸ਼ਕਲ ਚਲਾਉਣ, ਉਹ ਆਏਗਾ ਹੀ ਨਹੀਂ, ਦੇਖੋ ਜੀ ਮੇਰੇ ਖਿਲਾਫ਼ ਕੋਈ ਕੇਸ ਹੈ ਮੈਂ ਕਿਉਂ ਜਾਵਾਂ, ਗੌਰਮੈਂਟ ਇਹ ਕਹਿ ਦੇਵੇ ਵੀ ਜਿਹੜਾ ਅਸੀਂ ਕੱਢਦੇ ਹਾਂ ਬਸ ਗੱਲ ਮੁੱਕ ਜਾ, ਜਿਹਦੇ ਖਿਲਾਫ਼ ਕੇਸ ਉਹ ਤਾਂ ਆਪ ਹੀ ਨਹੀਂ ਆਏਗਾ, ਬਸ ਗੱਲ ਮੁੱਕ ਜਾ, ਅਸੀਂ ਤਾਂ ਕਿਉਂ ਰੱਖੀਏ। ਇੱਕ ਗੱਲ ਜਿਹੜੀ ਖਾਸ ਤੌਰ 'ਤੇ ਜਦੋਂ ਤੁਸੀਂ ਜਦੋਂ ਗਨੀਆਲ ਸਿੰਘ ਜੀ ਦੇ ਬਹੁਤ ਨੇੜੇ ਸੀ, ਇਹ ਪ੍ਰੈਸ ਸੈਕਟਰੀ ਸੀ, ਕਿ ਜਦੋਂ ਇੰਦਰਾ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਨੂੰ ਰਾਸ਼ਟਰ ਪ੍ਰਧਾਨ, ਦੇਖੋ ਗਿਆਨੀ ਰਾਜੀਵ ਗਾਂਧੀ ਦੇ ਬਣਨ ਨੂੰ ਗਿਆਨੀ ਜੀ ਨੇ ਕੀਤਾ, ਉਹ ਬਹੁਤ ਸੀਨੀਅਰ ਬੰਦੇ ਜਿਹਨਾਂ ਨੂੰ ਕੋਈ ਰੋਕ ਨਹੀਂ ਸੀ ਸਕਦਾ। ਦੇਖੋ ਮੁਲਕ ਸਾਡਾ ਕੀ ਹੈ, ਹੁਣ ਤੁਸੀਂ ਦੇਖੋ ਰਾਹੁਲ ਗਾਂਧੀ ਹੋ ਰਹੀ, ਬਲਮੋਹਨ ਸਿੰਘ ਵਿਚਾਰਿਆਂ ਨੂੰ ਬੈਠੇ ਲੋਕ ਕਹਿੰਦੇ ਰਾਹੁਲ ਜੀ ਰਾਹੁਲ ਜੀ ਰਾਹੁਲ ਜੀ, ਉਹਨੂੰ ਜ਼ਿਆਦਾ ਇੰਪੋਰਟੈਂਸ, ਇਹ ਜਿਹੜੀ ਖਾਨਦਾਨੀ ਰੀਤ ਹੈ ਨਾ ਇਸ ਮੁਲਕ ਨੂੰ ਕੋਈ ਰੋਕ ਨਹੀਂ ਸਕਦਾ। ਰਾਜੀਵ ਗਾਂਧੀ ਨੇ ਬਣਨਾ ਹੀ ਸੀ, ਗਿਆਨੀ ਇਹਨਾਂ ਦਾ ਗਿਆਨੀ, ਉਹ ਤਾਂ ਕਹਿੰਦੇ ਸੀ ਗੈਰੀ ਜਾਣ ਤੋਂ ਪਹਿਲਾਂ ਹੀ ਬਣਾ ਲਓ, ਵਾਈਸ ਪ੍ਰੈਜੀਡੈਂਟ ਤੋਂ ਤਿਆਰ ਬੈਠਾ ਸੀ ਓਥ ਦੇਣ ਨੂੰ, ਵਾਈਸ ਪ੍ਰੈਜੀਡੈਂਟ ਗਿਆਨੀ ਜੀ ਗਏ ਸੀ ਸਾਨਾ ਯਮਨ, ਪਿੱਛੋਂ ਡੱਕੇ ਹੋ ਗਿਆ, ਉਹ ਤਾਂ ਜਹਾਜ਼ ਆਉਣ ਨੂੰ ਲੱਗੇ 7 ਘੰਟੇ, ਇਹ ਕਹਿੰਦੇ ਸੀ ਹੁਣ ਹੀ ਉਹ ਦਵਾ ਦਿਓ, ਉਹ ਤਾਂ ਅਲੈਗਜ਼ੈਂਡਰ ਜਿਹੜਾ ਸੈਕਟਰੀ ਸੀ ਉਹਨੇ ਕਿਹਾ ਇਹ ਗਲਤ ਗੱਲ ਹੋਏਗੀ ਕਿਉਂਕਿ ਰਾਸ਼ਟਰਪਤੀ ਆ ਰਿਹਾ, ਉਹ ਤਾਂ ਕੋਈ ਰਸਤਾ ਨਹੀਂ ਸੀ ਰੋਕਣ, ਨਾ ਗਿਆਨੀ ਕੋਲ ਪਾਵਰ, ਇਹ ਤਾਂ ਐਵੇਂ ਲੋਕਾਂ ਨੂੰ ਗਲਤਫਹਿਮੀ ਹੈ ਕਿ ਰਾਸ਼ਟਰਪਤੀ ਨੇ ਤਾਂ ਉਹ ਦਵਾਉਣੀ, ਚੁਣਨਾ ਤਾਂ ਕਾਂਗਰਸ ਪਾਰਟੀ ਨੇ ਜਿਹਦੇ ਕੋਲ ਮੈਜੋਰਿਟੀ ਹੈ, ਸੋ ਉਹ ਗੱਲ ਤਾਂ ਠੀਕ ਹੈ। ਗਿਆਨੀ ਜੀ ਦਾ ਜੋ ਮੈਂ ਸਮਝਦਾ ਉਹ ਸਾਰੇ ਜਦੋਂ ਇਹ ਹੋਇਆ ਇੰਦਰਾ ਗਾਂਧੀ ਜੀ ਦਾ ਕਤਲ ਸਿੱਖ ਮਰੇ, ਇੱਕ ਗਿਆਨੀ ਜੀ ਦੀ ਘਾਟ ਰਹੀ ਹੈ ਜਿਹੜੀ ਮੈਂ ਪਹਿਲਾਂ ਵੀ
ਕਿਸੇ ਚੈਨਲ ਕਹੀ ਹੈ, ਐਜ਼ ਰਾਸ਼ਟਰਪਤੀ ਉਹਨਾਂ ਕੋਲ ਆਰਮੀ ਸੀ ਆਪਣੇ ਅੰਦਰ, ਜਿਹਨੂੰ ਬਾਡੀਗਾਰਡ ਕਹਿੰਦੇ। ਗਿਆਨੀ ਜੀ ਨੂੰ ਚਾਹੀਦਾ ਸੀ ਕਿ ਆਪ ਜਿਸ ਇਲਾਕਿਆਂ 'ਚ ਝਗੜੇ ਹੋਏ ਆਪਣੀ ਨਾਲ ਫੌਜ ਲੈ ਕੇ ਇਲਾਕੇ 'ਚ ਜਾਂਦੇ, ਖਾਲੀ ਲੰਘਣ ਨਾਲ ਹੀ ਨਾਲ ਲੋਕ ਦੌੜ ਜਾਂਦੇ। ਜੇ ਗਿਆਨੀ ਜ਼ੈਲ ਸਿੰਘ ਨੈਕਸਟ ਡੇ, ਕਿਉਂਕਿ ਦਿੱਲੀ ਚੱਲਿਆ ਕੰਮ ਦੋ ਦਿਨ ਪੂਰਾ, ਜੇ ਇਹ ਚਲੇ ਜਾਂਦੇ ਇੱਕ ਟੂਰ ਲੈ ਕੇ ਤਾਂ ਸ਼ਾਂਤੀ ਦੇ ਵਿੱਚ, ਕਿਉਂਕਿ ਗੌਰਮੈਂਟ ਤਾਂ ਜਾਣ ਕੇ ਕਰਵਾ ਰਹੀ ਸੀ, ਉਹ ਚੁੱਪ ਬੈਠੀ ਸੀ। ਅਤੇ ਇਹ ਗਿਆਨੀ ਜੀ ਉਸ ਵਕਤ ਜਿਹੜਾ ਇਹ ਐਕਸ਼ਨ ਨਹੀਂ ਲਿਆ, ਇਹ ਕਹਿੰਦੇ ਕਿ ਸਰਕਾਰ ਨੂੰ ਤੁਸੀਂ ਕਰੋ, ਸਰਕਾਰ ਤੁਸੀਂ ਕਰੋ, ਇਹਨਾਂ ਨੂੰ ਕੀ ਘਾਟ ਸੀ। ਹੁਣ ਵੀ ਕੋਈ ਕਿਧਰੇ ਫੁੱਲ ਫਲੱਡ ਆਵੇ, ਕਿਧਰੇ ਅਰਥਕੁਏਕ ਆਵੇ, ਰਾਸ਼ਟਰਪਤੀ ਜਾਂਦੇ, ਅਤੇ ਇਹਨਾਂ ਨੂੰ ਕੌਣ ਰੋਕਦਾ ਸੀ। ਬਸ ਇਹ ਉਸ ਵਕਤ ਐਕਸ਼ਨ ਲੈਂਦੇ, ਸ਼ਾਇਦ ਬੰਦੇ 500-400 ਬਚ ਜਾਂਦੇ। ਸਿਆਣੇ ਪਿੰਡ ਦੇ ਲੋਕ ਹੋ ਐਫ ਆਈ ਆਰ ਹੀ ਹੈ ਨਹੀਂ ਇੱਕ ਐਫ ਆਈ ਆਰ 'ਚ 100-100 ਕਤਲ ਪਾਤਾ। ਸੋ ਜਿਹੜੀ ਪੁਲਿਸ ਹੈ ਉਸ ਵਕਤ ਦੀ ਉਹਨੇ ਕੇਸ ਬਣਾਇਆ ਹੀ, ਇਸ ਕਰਕੇ ਕੇਸ ਕੋਰਟ 'ਚ ਕਾਮਯਾਬ ਨਹੀਂ ਹੋ ਰਿਹਾ। ਇਹਦਾ ਮੈਂ ਤਾਂ ਪਾਰਲੀਮੈਂਟ 'ਚ ਇੱਕੋ ਤਰੀਕਾ ਕਿਹਾ ਸੀ ਕਿ ਜੋ ਸਾਊਥ ਅਫਰੀਕਾ ਨੇ ਕੀਤਾ, ਜਦੋਂ ਨਵੀਂ ਸਰਕਾਰ ਆਈ ਨਾ ਅੰਗਰੇਜ਼ ਕੱਢੇ, ਉਹਨਾਂ ਦੇ ਬੜੇ ਮੁਕੱਦਮੇ ਸੀ, ਉਹਨਾਂ ਅੰਗਰੇਜ਼ਾਂ 'ਚ ਉਹਨਾਂ ਨੇ ਮਾਰੇ ਸੀ ਅਫਰੀਕਨ ਅਫਸ਼ੀ, ਅਤੇ ਉਹਨਾਂ ਨੇ ਇੱਕੋ ਕਮਿਸ਼ਨ ਬਣਾ ਦਿੱਤਾ, ਟਰੁੱਥ ਐਂਡ ਰੀਕਨਸਲੀਏਸ਼ਨ ਉਹਦਾ ਨਾਂ ਰੱਖਿਆ। ਮੈਂ ਉਹੀ ਡਿਮਾਂਡ ਪਾਰਲੀਮੈਂਟ 'ਚ ਕੀਤੀ, ਟਰੁੱਥ ਮੀਨਸ ਕਿ ਜਿਹੜੇ ਦੋਸ਼ੀ ਹੈ ਉਹ ਉੱਠ ਕੇ ਕਹਿਣ ਅਸੀਂ ਦੋਸ਼ੀ, ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰੋ, ਉਹ ਹੈ ਟਰੁੱਥ, ਉਹ ਹੈ ਰੀਕਨਸਲੇਸ਼ਨ। ਅਸੀਂ ਵਰ ਕਹੀਏ ਨਾ ਅਸੀਂ ਹੁਣ ਤੁਹਾਨੂੰ ਮਾਫ ਕੀਤਾ। ਮੈਂ ਇੱਠ ਕੇ ਪਾਰਲੀਮੈਂਟ ਮੰਗ ਕੀਤੀ ਹੈ ਕਿ ਜਿਹੜੇ ਬੰਦੇ ਉਸ ਵਕਤ ਦੇ ਇੰਦਰਾ ਗਾਂਧੀ ਵਕਤ ਅਫਸਰ ਸਨ, ਪੋਲੀਟੀਸ਼ੀਅਨ ਸਨ, ਗਵਰਨਰ ਸੀ, ਪੁਲਿਸ ਵਾਲੇ ਸੀ, ਉਹ ਜਿਉਂਦੇ, ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਬੁਲਾਓ, ਅਸੀਂ ਹੁਣ ਸਿਪਾਹੀ ਪਕੜਾ ਦਈਏ, ਚਾਰ ਕੋਈ ਹੋਰ ਗੁੰਡੇ ਜੇਲ੍ਹ ਭੇਜਿਆ, ਤੁਹਾਨੂੰ ਕੀ ਮਿਲਣਾ, ਮੈਨੂੰ ਕੀ ਮਿਲਣਾ। ਇਹ ਵੀ ਸਿੱਖਾਂ ਦੀ ਗਲਤੀ ਹੈ ਕਿ ਅਸੀਂ ਕੀ ਚਾਹੁੰਦੇ। ਬਈ ਆਮ ਬੰਦੇ ਨੂੰ ਕਿਸੇ ਨੂੰ ਸਜ਼ਾ ਹੋਊਗੀ ਨਾ ਹੋਊਗੀ, ਤੁਹਾਨੂੰ ਮੈਨੂੰ ਕੀ ਹੈ। ਜਿਹੜੇ ਉਹ ਬੰਦੇ ਨਸਲੇ ਜਿਹੜੇ ਇੰਡੀਆ ਦੇ ਸਰਕਾਰ ਦੇ ਇੰਦਰਾ ਗਾਂਧੀ ਦੇ ਐਡਵਾਈਜ਼ਰ ਸਨ, ਜਿਹਨਾਂ ਨੇ ਇਹ ਸਾਰੀ ਸਕੀਮ ਵਿੱਚ ਸ਼ਾਮਿਲ ਹੋਏ ਜਾਂ ਅਫਸਰ ਸਨ ਉਸ ਵਕਤ ਦੇ, ਉਹ ਸਾਰਿਆਂ ਨੂੰ ਬੁਲਾਇਆ ਜਾਵੇ, ਜੇ ਉਹ ਆਪਣਾ ਦੋਸ਼ ਮੰਨਣ, ਮਾਫ਼ੀ ਮੰਗਣ, ਫਿਰ ਸਿੱਖ ਕੌਮ ਦਾ ਬੜਾ ਜਿਗਰਾ, ਅਸੀਂ ਮਾਫ਼ੀ ਵੀ ਦੇਣੇ ਹਾਂ, ਮਾਫ਼ੀ ਦਈਏ। ਇਹ ਬਹੁਤ ਵੱਡੀ ਹੋਈ ਕਿ ਉਹ ਪਾਰਲੀਮੈਂਟ 'ਚ ਖੜੋ ਕੇ ਉਹ ਮਾਫ਼ੀ ਮੰਗੀ ਜਾਵੇ, ਔਰ ਸਾਰੀ ਪਾਰਲੀਮੈਂਟ ਸਿੱਖਾਂ ਤੋਂ ਰੈਜ਼ੋਲਿਊਸ਼ਨ ਗੌਰਮੈਂਟ ਦਾ ਲਿਆ ਕੇ ਮਾਫ਼ੀ ਮੰਗੇ, ਇਹਦੇ ਨਾਲ ਕੋਈ ਸਾਡਾ ਸਹਾਰਾ ਹੋ ਸਕਦਾ। ਸਰਕਾਰਾਂ ਵੀ ਚਾਹੁੰ ਤੇ ਜ਼ਮੀਰ ਵੀ ਜੀਂਦੀ ਹੋਵੇ ਤਾਂ ਮੇਰਾ ਰੈਜ਼ੋਲਿਊਸ਼ਨ ਪਾਇਆ ਸੀ ਪਾਰਲੀਮੈਂਟ, ਮੈਂ ਇਸ ਦਾ ਮਾਫ਼ੀਨਾਮੇ ਸਰਕਾਰ ਦਾ ਕਿ ਪਾਰਲੀਮੈਂਟ ਮਾਫ਼ੀ ਮੰਗੇ, ਉਹ ਪਾਇਆ ਸੀ, ਉਹ ਮੇਰੀ ਵਾਰੀ ਨਹੀਂ ਆਈ। ਹਾਂਜੀ, ਇਹ ਕਿਉਂਕਿ ਤੁਸੀਂ ਬਹੁਤ ਨੇੜੇ ਹੋ ਕੇ ਸਾਰਾ ਇਤਿਹਾਸ ਦੇਖਿਆ, ਸੰਤ ਜਨਾਰ ਸਿੰਘ ਭਿੰਡਰਾਂ ਨੂੰ ਕਦੀ ਮਿਲੇ ਸੀ? ਮੈਂ ਉਹਨਾਂ ਨੂੰ ਮਿਲਿਆ ਨਹੀਂ, ਲੇਕਿਨ ਮੇਰਾ ਇੱਕ ਪਿੱਛੇ ਲੇਖ ਛਪਿਆ, ਹਾਂਜੀ, ਉਹ ਤੁਸੀਂ ਸ਼ੱਕ ਕਰੋ। ਮੈਂ ਗਿਆ ਸੀ ਉੱਥੇ ਚੌਕ ਮੈਂ, ਹਾਂਜੀ, ਸਤ ਬਾਬਾ ਰਾਮ ਸਰਾਂ ਨੇ ਬੁਲਾਇਆ ਸੀ, ਹਾਂਜੀ, ਉਹਨਾਂ ਨੇ 400-500 ਆਪਣੇ ਇਕੱਠੇ ਕੀਤੇ ਅਤੇ ਮੇਰਾ ਲੈਕਚਰ ਕਰਾਇਆ, ਮੇਰਾ ਸਨਮਾਨ ਕੀਤਾ। ਮੈਂ ਕਿਹਾ ਚਲੋ ਸਨਮਾਨ ਤੁਹਾਡੀ ਮਿਹਰਬਾਨੀ। ਮੈਂ ਉਹ ਉੱਠ ਕੇ ਕਿਹਾ, ਜਿਹੜਾ ਮੈਂ ਤੁਹਾਨੂੰ ਵੀ ਕਹਿੰਦਾ, ਤੁਹਾਡੀ ਟੀ ਵੀ ਵਾਲੇ ਵੀ ਲੋਕ ਸੁਣਨ, ਹਾਂਜੀ, ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਦੀ ਜੋ ਇੱਜ਼ਤ ਮਾਣ ਸਿੱਖ ਕੌਮ ਕਰ ਰਹੀ ਹੈ ਉਹ ਹੋਰ ਕਿਸੇ ਸਿੱਖ ਨੂੰ ਨਹੀਂ ਮਿਲੀ। ਮੈਂ ਜਿਸ ਗੁਰਦੁਆਰੇ ਗਿਆ ਉੱਥੇ ਉਹਨਾਂ ਦੀ ਫੋਟੋ, ਦੁਨੀਆਂ ਦਾ ਕੋਈ ਗੁਰਦੁਆਰਾ ਨਹੀਂ ਜਿੱਥੇ ਸੰਤ ਜਰਨੈਲ ਸਿੰਘ ਦੀ ਫੋਟੋ ਨਹੀਂ, ਵੀ ਕਿਉਂ ਤੁਸੀਂ ਸਨਮਾਨ ਕਰਦੇ। ਪਰ ਇਹ ਜਦੋਂ ਇੰਨੇ ਹੀ ਸਨਮਾਨ ਕਰਦੇ ਹੋ ਤਾਂ ਫਿਰ ਇਹ ਜਿਹੜਾ ਦੂਜਾ ਪੱਖ ਹੈ ਉਹਦੇ ਖਿਲਾਫ, ਜਿਹੜਾ ਸਰਕਾਰ ਅਤੇ ਮੀਡੀਆ ਲਾਉਂਦਾ ਕਿ ਉਹ ਕਾਂਗਰਸ ਦਾ ਏਜੰਟ ਸੀ, ਉਹ ਗਿਆਨੀ ਜੈਲ ਸਿੰਘ ਨੇ ਲਿਆਂਦਾ, ਉਹਦੇ ਜੀ ਇੰਦਰਾ ਗਾਂਧੀ ਨੇ ਅਤੇ ਸੰਜੇ ਨੇ ਲਿਆਂਦਾ। ਇਟ ਮੀਨ ਕਿ ਜਿਸ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਕੌਮ ਲਈ ਕੁਰਬਾਨ ਹੋ ਗਿਆ, ਉਹਦਾ ਦੂਜਾ ਪਾਸਾ ਇਹ ਕਿ ਇੰਨਾ ਉਹਦਾ ਅਤੇ ਉਹ ਤਾਂ ਏਜੰਟ ਹੀ ਕਰਦਾ ਨਹੀਂ। ਅਤੇ ਫਿਰ ਮੈਂ ਕਿਹਾ ਵੀ ਜਿਹੜੇ ਉਹਦੇ ਚੇਲੇ ਹੋ, ਜਿਹੜੇ ਉਹਨੂੰ ਅੱਜ ਕਰਦੇ ਹੋ, ਤੁਸੀਂ ਇਸ ਗੱਲ ਦੀ ਇਨਕੁਆਇਰੀ ਕਰਕੇ ਇਹਦੀ ਕਿਤਾਬ ਕਿਉਂ ਨਹੀਂ ਛਾਪਦੇ, ਇਹ ਪ੍ਰੂਵ ਕਰੋ ਕਿ ਉਹ ਗਲਤ ਹੈ, ਵੀ ਉਹ ਕਿਸੇ ਦਾ ਏਜੰਟ ਨਹੀਂ ਸੀ, ਉਹ ਤਾਂ ਆਪਣੀ ਆਪਣੀ ਹਾਲਾਤ 'ਚ ਉੱਪਰ ਉੱਠਿਆ, ਚਾਹੇ ਉਹਨੂੰ ਕਾਂਗਰਸ ਕੋਈ ਆ ਜਾਵੇ ਮਦਦ ਕਰਨ ਜਾਂ ਕੋਈ ਆਵੇ, ਉਹ ਕੌਮ ਦੇ ਨਾਲ ਖੜਾ ਸੀ, ਜਦੋਂ ਲੋੜ ਪਈ ਉਹਨੂੰ ਤਾਂ ਆਪਣੀ ਵੇਖੋ। ਵੈਸੇ ਤਾਂ ਹੁਣ ਜਿਹੜਾ ਮਹਾਰਾਜਾ ਆਲਾ ਸਿੰਘ ਸੀ ਪਟਿਆਲੇ ਦਾ, ਉਹ ਅਬਦਾਲੀ ਦੇ ਨਾਲ ਮਿਲਿਆ ਸੀ, ਪਤਾ ਨਾ, ਬਿਲਕੁਲ ਬਿਲਕੁਲ, ਤੁਸੀਂ ਤਾਂ ਹਿਸਟਰੀ ਪੜ੍ਹੇ ਹੋ ਨਾ ਕਿ ਉਹ ਅਬਦਾਲੀ ਦਾ ਸਿੱਕਾ ਪਟਿਆਲੇ ਸਟੇਟ 'ਚ ਚੱਲਦਾ ਸੀ, ਲੇਕਿਨ ਉਹ ਅਸੀਂ ਹੁਣ ਕੀ ਸਿੱਖ ਰਿਆਸਤ ਨਹੀਂ, ਤੇਰਾ ਘਰ ਮੇਰਾ ਸੇ ਉਹਨਾਂ ਨੂੰ ਵਰ ਵੀ ਸੀ, ਸਿੱਖ ਰਾਜ ਵੀ ਰਿਹਾ।
ਜਿਹੜਾ ਇਸ ਵੇਲੇ ਲੋੜ ਹੈ ਕਿ ਜਿਹੜਾ ਮੈਂ ਜਿਹੜਾ ਮੇਰਾ ਆਰਟੀਕਲ ਪੜ੍ਹੋ, ਮੈਂ 6 ਪੇਜ ਦਾ ਆਰਟੀਕਲ ਸਿੱਖ ਰਿਵਿਊ ਛਾਪਿਆ, ਮੈਂ ਉੱਥੇ ਜੇ ਪ੍ਰੂਵ ਕੀਤਾ ਕਿ ਪਿੰਡਰ ਵਾਲਾ ਕਿਸੇ ਦਾ ਏਜੰਟ ਨਹੀਂ ਸੀ, ਕੋਈ ਗਿਆਨੀ ਜੈਲ ਸਿੰਘ ਉਹਨੂੰ ਨਹੀਂ ਬਣਾਇਆ, ਇਹ ਗਲਤਫਹਿਮੀ ਦੂਰ ਕਰੋ। ਅਕਾਲੀ ਦਲ ਦੀ ਸਿਆਸਤ ਨਹੀਂ, ਗਿਆਨੀ ਜੈਲ ਸਿੰਘ ਤੇ ਉਹਨੂੰ ਸਾਰੀ ਉਮਰ ਮਿਲਿਆ ਵੀ ਨਹੀਂ। ਮੈਂ ਗਿਆਨੀ ਜੀ ਨੂੰ ਆਪ ਪੁੱਛਿਆ, ਕਹਿੰਦੇ ਕਦੇ ਇੱਕ ਵਾਰੀ ਇਹ ਮਿਲੇ, ਉਹ ਵੀ ਭੋਗ ਜਦੋਂ ਜਦਾ ਸੰਤੋਖ ਸਿੰਘ ਦਾ ਭੋਗ ਪਿਆ, ਮੈਂ ਵੀ ਬੈਠਾ, ਗਿਆਨੀ ਜੀ ਬੈਠੇ, ਉਹ ਬੈਠਾ, ਅਸੀਂ ਤਿੰਨੋਂ ਇੱਕ ਜਗ੍ਹਾ ਬੈਠੇ, ਬਸ ਉੱਧਰ ਅਸੀਂ ਵੇਖਿਆ। ਵੈਸੇ ਮੈਂ ਪਿੰਡਾਵਾਲਾ ਜੀ ਦੇ ਪਟਿਆਲੇ ਦੁਖਨਿਵਾਰਨ ਸਾਹਿਬ ਕਥਾ 3-4 ਵਾਰੀ ਸੁਣੀ, ਕਥਾ ਕਰਦੇ ਸੀ, ਬਸ ਮੇਰੀ ਆਪਣੀ ਮੁਲਾਕਾਤ ਨਹੀਂ, ਕਥਾ ਉਹਨਾਂ ਦੇ ਮੂੰਹ ਤੋਂ ਮੈਂ ਸੁਣੀ। ਉਹਨਾਂ ਦੀ ਕਥਾ ਤੁਸੀਂ ਕਿੰਨੇ ਪ੍ਰਭਾਵਿਤ ਹੋਏ ਸੀ? ਬਹੁਤ। ਜਦੋਂ ਉਹ ਪਟਿਆਲੇ ਕਥਾ ਕਰਨ ਆਉਂਦੇ ਸੀ, 20-25 ਹਜ਼ਾਰ ਬੰਦਾ ਇਕੱਠਾ ਹੁੰਦਾ ਸੀ, ਬੋਲਦੇ ਬੜੇ ਸਪੀਡ ਨਾਲ ਸੀ, ਮਤਲਬ ਕਿ ਜਿਹੜਾ ਸਪੀਡ ਹੈ ਨਾ ਬੜੀ ਸੀ, ਪਰ ਜਦੋਂ ਉਹ ਕਥਾ ਕਰਦੇ ਸੀ 20-25 ਹਜ਼ਾਰ ਦੇ ਆਉਂਦੇ। ਇਹ ਤਾਂ ਕੌਮ ਦੀ ਬਦਕਿਸਮਤੀ ਹੈ ਕਿ ਜਲਦੀ ਚਲਾ ਗਿਆ, ਜੋ ਉਹਨੇ ਕਰਨਾ ਸੀ ਨਾ ਕੌਮ ਲਈ ਉਹ ਸਾਡਾ ਖਾਲੀ ਰਹਿ ਗਿਆ। ਉਹਨੇ ਪਤਤ ਬੜਾ ਦੂਰ ਕਰ ਦੇਣਾ ਸੀ, ਵਿਆਹ ਸ਼ਾਦੀਆਂ ਉਹ ਸਿੰਪਲੀਫਾਈ ਕਰ ਦੇਣਾ ਸੀ, ਪਿੰਡਾਂ ਦਾ ਉਹ ਸੁਧਾਰ ਕਰ ਰਿਹਾ ਸੀ, ਬਿਨਾਂ ਕਚਹਿਰੀਆਂ ਜੋ ਮੁਕਦਮੇ ਕਰ ਰਿਹਾ ਸੀ, ਉਹ ਤਾਂ ਬਹੁਤ ਉਹਦੀ ਸ਼ਕਤੀ ਸੀ। ਸੰਤ ਜਰਨੈਲ ਸਿੰਘ ਪਿੰਡਾਂਵਾਲੇ ਦੇ ਜਾਣ ਤੋਂ ਬਾਅਦ ਜਿਹੜਾ ਖਲਾਅ ਪੈਦਾ ਹੋਇਆ, ਉਸ ਖਲਾਅ ਪੂਰਾ ਨਹੀਂ ਹੋ ਸਕਿਆ, ਕਿਵੇਂ ਪੂਰਾ ਕੀਤਾ ਜਾ ਸਕਦਾ? ਉਹ ਪੂਰਾ ਨਹੀਂ ਹੋ ਸਕਿਆ, ਉਹ ਪੂਰਾ ਕਰਨ ਲਈ ਕੀ? ਅਸੀਂ ਪਿੰਡਾਂਵਾਲਾ ਦਾ ਕਹਿੰਦੇ ਹਾਂ, ਜਿਹੜੀ ਪਿੰਡਾਂਵਾਲੇ ਦਾ ਜਿਹੜਾ ਸਿੱਖ ਸੁਧਾਰ, ਹਾਂਜੀ, ਤੇ ਸਮਾਜ ਸੁਧਾਰ ਦਾ ਪ੍ਰੋਗਰਾਮ ਸੀ, ਉੱਧਰ ਤਾਂ ਕੋਈ ਜਾਂਦਾ ਨਹੀਂ, ਅਸੀਂ ਜਿਹੜਾ ਉਹਦਾ ਜਿਹੜਾ ਉਹ ਦਿਖਾਉਂਦੇ ਹਾਂ, ਹਾਂ ਜੰਗਜੂਤ ਸੀ ਉਹਦੇ ਨਾਲ, ਉਹ ਸਿੱਖੀ 'ਚ ਇੱਕ ਨੁਕਸੇ ਆ ਰਿਹਾ, ਅਸੀਂ ਸਿੱਖਰੀ ਨੂੰ ਧਾਰਮਿਕ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਹੈ ਉਸ 'ਚੋਂ ਦੂਰ ਲਿਜਾ ਰਹੇ। ਅੱਜ ਗੱਤਕਾ, ਹਰ ਜਿਹਨੂੰ ਅਸੀਂ ਗੱਤਕਾ ਹੋਵੇ, ਅੱਗੇ ਉਹਦਾ ਅਸੀਂ ਬੀਬੀਆਂ ਪਾਠ ਕਰਨੀਆਂ ਚੱਲਦੀਆਂ, ਲੋਕ ਸੁਣਦੇ ਵਾਹ ਜੀ ਵਾਹ। ਹੁਣ ਤਾਂ ਦਿਖਾਵੇ 'ਚ ਅਸੀਂ ਸਿੱਖੀ ਦੀ, ਅੱਜ ਕੱਲ੍ਹ ਤੁਸੀਂ ਬਾਹਰ ਰਹਿੰਦੇ ਹੋ, ਦੁਨੀਆ ਪੀਸ ਆਫ ਮਾਇੰਡ ਮੰਗਦੀ ਹੈ, ਉਹ ਸਿਰਫ ਗੁਰੂ ਨਾਨਕ ਦੇ ਸਕਦਾ। ਲੋਕਾਂ ਨੂੰ ਸੁਧਾਰ ਆਪਣੇ ਜੀਵਨ ਦਾ ਲੋੜ ਹੈ, ਉਹ ਸਿਰਫ ਗੁਰੂ ਗ੍ਰੰਥ ਦੇ ਸਕਦਾ, ਅਸੀਂ ਉਹਨੇ ਦਿੰਦੇ ਨਹੀਂ। ਅਸੀਂ ਮਿਲੀਟੈਂਸੀ ਵੀ ਸਿੱਖ ਤਾਂ ਜੰਗਜੂ ਹੈ, ਉਹ ਅਸੀਂ ਆਪਣੇ ਨੂੰ ਫੌਜੀ ਫੌਜੀ ਕਰੀ ਜਾ ਰਹੇ ਹਾਂ, ਜਿਹੜਾ ਧਾਰਮਿਕ ਸਪਿਰਚੁਅਲਿਜ਼ਮ ਹੈ ਉਹਨੂੰ ਅਸੀਂ ਸੋਚਦੇ ਨਹੀਂ। ਅਸੀਂ ਸ਼ਾਇਦ ਪੀਸ ਆਫ ਮਾਇੰਡ ਦੀ ਗੱਲ ਨਹੀਂ ਕਰਦੇ, ਸ਼ਾਇਦ ਲੋਕੀ ਡੇਰਿਆਂ ਵੱਲ ਜਾਂਦੇ, ਅਸੀਂ ਇਹ ਦੱਸ ਹੀ ਨਹੀਂ ਰਹੇ ਕਿ ਦੁਨੀਆ 'ਚ ਹਾਲਾਂ ਵੀ ਜੇ ਸ਼ਾਂਤੀ ਲਿਆਉਣੀ ਹੈ ਤਾਂ ਗੁਰੂ ਗ੍ਰੰਥ ਨੂੰ ਪੜ੍ਹੋ। ਅਸੀਂ ਤਾਂ ਉਹੀ ਕਹਿੰਦਾ ਆਪਣੀ ਜਗ੍ਹਾ ਤੋਂ ਛਿੜ ਗਏ, ਬਿਲਕੁਲ ਕੋਈ ਸਿੱਖੀ ਦਾ ਅਸੂਲਨ ਜੋ ਸਿੱਖੀ ਅਸੂਲ ਹੈ ਉਹ ਹੀ ਨਹੀਂ, ਹੋਰ ਪਾਸੇ ਹਰ ਗੁਰਦੁਆਰਾ। ਕਿਉਂਕਿ ਤੁਸੀਂ ਬਹੁਤ ਨੇੜੇ ਹੋ, ਦੇਖਿਆ ਸਾਰਿਆਂ ਸਾਕਿਆਂ ਨੂੰ, ਤੁਹਾਡੇ ਕੋਲ ਸਮਰੱਥਾ ਵੀ ਆਈ, ਤੁਸੀਂ ਪਾਰਲੀਮੈਂਟ 'ਚ ਵੀ ਬੈਠੇ, ਸਭਾ ਦੇ ਗਲਿਆਰਿਆਂ 'ਚ ਵੀ ਬੈਠੇ, ਲੋਕਾਂ 'ਚ ਵੀ ਵਿਚਰੇ, ਲੋਕਾਂ ਦੇ ਲੀਡਰ ਦੇ ਤੌਰ 'ਤੇ, ਲੋਕਾਂ ਦੇ ਆਗੂ ਦੇ ਤੌਰ 'ਤੇ ਤੁਹਾਨੂੰ ਜਾਣਿਆ ਜਾਂਦਾ, ਲੋਕਾਂ ਦੀ ਆਵਾਜ਼ ਦੇ ਤੌਰ 'ਤੇ ਤੁਹਾਨੂੰ ਜਾਣਿਆ ਜਾਂਦਾ, ਇਹ ਕਿਉਂ ਸਾਰੇ ਪਾਸੇ ਤੁਸੀਂ ਦੇਖ ਲੈਂਦੇ, ਕਿਆ ਦੇਖ ਲਿਆ, ਦਿਸ਼ਾ ਕਿਤੇ ਨਹੀਂ ਜਾਓਗੇ? ਦਿਸ਼ਾਹੀਣ ਕੌਮ ਹੈ, ਤੁਸੀਂ ਦਿਸ਼ਾ ਕਿਤੇ ਨਹੀਂ ਜਾਓ? ਮੈਂ ਕੁਛ ਨਹੀਂ, ਹਾਂਜੀ, ਮੈਂ ਤਾਂ ਰੋਜ਼ ਲਿਖਦਾ ਬੋਲਦਾ, ਠੀਕ ਹੈ, ਸੁਣਦਾ ਕੋਈ, ਲਿਖ ਲਿਖ ਕੇ ਮੈਂ ਕਰੀ ਜਾਂਦਾ। ਹਾਂਜੀ, ਸਵਾਲ ਇਹ ਹੈ ਕਿ ਇਸ ਵਕਤ ਸਿੱਖ ਕੌਮ ਦੇ ਸਾਹਮਣੇ ਇਸ਼ੂ ਕੀ ਹੈ? ਜੀ, ਪ੍ਰਾਇਰਟੀ ਕਿਹਨੂੰ ਮਿਲੇ? ਹਾਂਜੀ, ਉਹ ਗਲਤ ਹੈ ਜੀ, ਕਿਹੜੀ ਇਸ਼ੂ ਨੂੰ ਪ੍ਰਾਇਰਟੀ ਮਿਲੇ? ਪ੍ਰਾਇਰਟੀ ਸਭ ਤੋਂ ਪਹਿਲਾਂ ਪਤਤ ਰੋਕੋ, ਠੀਕ, ਜੇ ਸਿੱਖ ਹੀ ਨਹੀਂ ਰਹਿਣਾ ਤਾਂ ਫਿਰ ਸਿਧਾਂਤ ਕਿਹੜਾ ਲਈ ਫਿਰ ਲਵਾਂਗੇ? ਵੀ ਜੇ ਗੁਰੂ ਦਾ ਸਿਧਾਂਤ, ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛਕਾਉਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਸਿੰਘ ਆਏ, ਜੇ ਉਹ ਹੀ ਨਹੀਂ ਤਾਂ ਫਿਰ ਤਾਂ ਇੱਕ ਤਾਂ ਉਹ ਪਾਸਾ ਫਿਰ ਬੰਦ ਕਰ ਦੇਈਏ। ਹਾਂਜੀ, ਠੀਕ ਹੈ ਨਾ, ਫਿਰ ਤਾਂ ਬੁੱਧ ਧਰਮ ਵੀ ਹੈ, ਫਿਰ ਹੋਰ ਵੀ ਹੈ, ਭਗਤੀ ਮੂਵਮੈਂਟ ਵੀ ਹੈ, ਸੂਫੀ ਵੀ ਹੈ। ਪਹਿਲੀ ਗੱਲ ਤਾਂ ਇਹ ਸੋਚੋ ਵੀ ਕੀ ਉਹ ਪਤਤ ਘਰ ਵਾਪਸ ਲਿਆਉਣਾ, ਘਰ ਵਾਪਸੀ ਦਾ ਕੋਈ ਪ੍ਰੋਗਰਾਮ ਹੈ? ਮੈਂ ਇੱਕ ਵਾਰੀ ਕਿਹਾ ਸੀ ਵਾਸ਼ਿੰਗਟਨ, ਮੈਨੂੰ ਬੁਲਾਇਆ, ਉਹ ਮੈਂ ਕਿਹਾ ਘੱਟ ਤੋਂ ਘੱਟ ਇੱਕ ਸਾਲ ਜਦੋਂ ਵਿਸਾਖੀ ਦਾ ਹੋਵੇ ਪਗੜੀ ਬੰਨ ਲਿਆ, ਮੈਂ ਕਿਹਾ ਇਹ ਹੀ ਮੂਵਮੈਂਟ ਚਲਾ ਦਿਓ ਕਿ ਜਿੰਨੇ ਪਤਤ ਹਨ ਵਿਸਾਖੀ ਵਾਲਾ ਦਿਨ ਜਿਹੜਾ ਉਹ ਗੁਰੂ ਦਾ ਸਿੱਖਾਂ ਦਾ ਜਨਮ ਦਿਨ, ਉਦੋਂ ਕਹਿੰਦਾ ਪਗੜੀ ਬੰਨ ਲਓ, ਯਾਦ ਵੀ ਰਹੇਗੀ, ਪਗੜੀ ਬੰਨੇਗੀ। ਸਰਦਾਰ ਤਲੋਚਨ ਸਿੰਘ ਬੜੀ ਪਿਆਰੀ ਗੱਲ ਕਹੀ ਕਿ ਜੇ ਸਿੱਖ ਹੀ ਨਾ ਰਿਹਾ ਤਾਂ ਸਿੱਖੀ ਕਿੱਥੇ ਰਹੇਗੀ? ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਵੀ ਇਹ ਗੱਲ ਆਖਿਆ ਕਰਦੇ ਸੀ, ਭਾਈ ਲੈਣਾ ਅਨੰਦਪੁਰ ਦਾ ਮਤਾ, ਜੇ ਅਨੰਦਪੁਰ ਦੇ ਵਾਸੀ ਨਾ ਬਣੇ, ਜੇ ਅਨੰਦਪੁਰ ਦਾ ਵਾਸੀ ਨਾ ਬਣਿਆ ਤਾਂ ਫਿਰ ਅਨੰਦਪੁਰ ਦੇ ਮਤੇ ਦੀ ਕਿਲੋ, ਅਨੰਦਪੁਰ ਦੇ ਵਾਸੀ ਬਣਨ ਦਾ ਮਤਲਬ ਹੈ ਸਿੱਖੀ ਨੂੰ ਧਾਰਨ ਕਰਨਾ। ਅਤੇ ਸੰਤ ਜਰਨੈਲ ਸਿੰਘ ਦੇ ਮੁਖਾਰਬਿੰਦ ਤੋਂ ਇਹ ਗੱਲ ਵੀ ਕਹੀ ਗਈ ਕਈਆਂ ਲੇਖਕਾਂ ਵੱਲੋਂ ਕਿ ਉਹ ਆਖਿਆ ਕਰਦੇ ਜੇ ਭਾਈ ਤੁਸੀਂ ਖਾਲਸਾ ਹੀ ਨਾ ਬਣੇ ਅਤੇ ਫਿਰ ਖਾਲਿਸਤਾਨ ਕਿਸ ਕੰਮ ਦਾ? ਸੋ ਸਿੱਖੀ ਦੀ ਗੱਲ ਬੜੀ ਜ਼ਰੂਰੀ ਹੈ, ਜੇ ਸਿੱਖ ਬਣਾਂਗੇ ਤਾਂ ਹੀ ਸਿੱਖੀ ਰਹੇਗੀ, ਜੇ ਸਿੱਖੀ ਰਹੇਗੀ ਤਾਂ ਬਾਕੀ ਪ੍ਰਾਪਤੀਆਂ ਹੋਣਗੀਆਂ। ਸੋ ਬੁਨਿਆਦੀ ਤੌਰ 'ਤੇ ਜਿਹੜੀ ਗੱਲ ਸਰਦਾਰ ਤਲੋਚਨ ਸਿੰਘ ਕੀਤੀ, ਉਹਨਾਂ ਨੂੰ ਹਿਰਦੇ ਤੋਂ ਪੂਰੇ ਪੰਥ ਨੂੰ, ਪੂਰੀਆਂ ਜਥੇਬੰਦੀਆਂ ਨੂੰ, ਪੂਰੇ ਸਿੱਖ ਸੰਸਾਰ ਨੂੰ ਇਹ ਸਮਝਣ ਦੀ ਲੋੜ ਹੈ। ਇਹ ਸਰਦਾਰ ਤਲੋਚਨ ਸਿੰਘ ਕੋਈ ਇੰਗਲੈਂਡ 'ਚ ਕਾਲ ਕਰੋ, ਹਾਂਜੀ, ਇੱਕ ਮੁਕਰ ਹਰ 7-8 ਲੱਖ ਸਿੱਖ,
ਹਾਂਜੀ ਇੱਕ ਦਿਨ ਤਾਂ ਪਗੜੀ ਬੰਨੇ ਖਤਰਾ ਪੰਜਾਬੀ ਬੋਲੀ ਤੋਂ ਜਿਸ ਕੌਮ ਦੀ ਬੋਲੀ ਮਰ ਗਈ ਉਹ ਕੌਮ ਮਰ ਗਈ ਇਸ ਵੇਲੇ ਪੰਜਾਬੀ ਬੋਲੀ ਖਤਰੇ ਦੀ ਸਟੇਜ ਤੋਂ ਅੱਗੇ ਲੰਘ ਚੁੱਕੀ ਹੁਣ ਸਿਰਫ ਬੋਲਣ ਤੱਕ ਰਹਿ ਗਈ ਲਿਖਣ ਤੇ ਖਤਮ ਹੀ ਬੋਲਣ ਜੀ ਰਹਿ ਗਈ ਨਾ ਲਿਖਣ ਵਾਲੀ ਖਤਮ ਕੌਣ ਕਿਸੇ ਸਕੂਲ 'ਚ ਨਹੀਂ ਪੜ੍ਹਾਈ ਜਾਂਦੀ ਬਸ ਇੱਕ ਤਾਂ ਉਹ ਦੂਜੀ ਪ੍ਰਾਇਰਟੀ ਉਹ ਹੈ ਕਿ ਅਸੀਂ ਪੰਜਾਬੀ ਕਿਵੇਂ ਸਿਖਾਈਏ ਕੋਈ ਮੁਸਲਮਾਨ ਦੁਨੀਆ ਦਾ ਕੁਰਾਨ ਪੜ੍ਹਦਾ ਅਰੇਬਿਕ 'ਚ ਪੜ੍ਹਦਾ ਇੱਕ ਮੁਸਲਮਾਨ ਦਿਖਾ ਦਿਓ ਜਿਹਨੇ ਕੁਰਾਨ ਜੁੜਨਾ ਆਉਂਦਾ ਉਹ ਅਰੇਬਿਕ 'ਚ ਪੜ੍ਹਦਾ ਕੋਈ ਜਿਊ ਦਿਖਾ ਦਿਓ ਯਹੂਦੀ ਜਿਹਨੂੰ ਹਿਬਰੂ ਨਾ ਆਉਂਦੀ ਉਹ ਇੱਕ ਉਹ ਸਿੱਖ ਹੀ ਹੈ ਜਕਾਰੇ ਬੋਲ ਰਹੇ ਪੰਜਾਬੀ ਛੱਡ ਰਹੇ ਘਰਾਂ 'ਚ ਕੋਈ ਨਹੀਂ ਪੰਜਾਬੀ ਪੋਤਾ ਹੁਣ ਸਿੱਖ ਹੈ ਦਾਦਾ ਸਿੱਖ ਹੈ ਪੋਤਾ ਨਹੀਂ ਸੋ ਇੱਕ ਤਾਂ ਤੀਜੀ ਪ੍ਰਾਇਰਟੀ ਹੈ ਇਹਨੂੰ ਤੁਸੀਂ ਕਿਵੇਂ ਸੋਚੋ ਕਿ ਅਸੀਂ ਕਿਵੇਂ ਰੋਕੀਏ ਬਾਕੀ ਬੜੇ ਸਿੱਖ ਇਸ਼ੂ ਹੈ ਜਿੱਥੇ ਜਿਹੜੇ ਯੂਨਿਟੀ ਮੰਗਦੇ ਹਾਂ ਸਾਡੀ ਅਸੀਂ ਜਿਹੜੀ ਕਰਦੇ ਹਾਂ ਨਾ ਹਮੇਸ਼ਾ ਗਲਤੀ ਅਸੀਂ ਸਿਆਸੀ ਯੂਨਿਟੀ ਮੰਗਦੇ ਹਾਂ ਉਹ ਹੋ ਨਹੀਂ ਸਕਦੀ ਅੱਧੇ ਲੰਡਨ ਦੇ ਸਿੱਖ ਕੰਜ਼ਰਵੇਟਿਵ ਹੈ ਅੱਧੇ ਲੇਬਰ 'ਚ ਉਹ ਯੂਨਿਟੀ ਤਾਂ ਕਿਵੇਂ ਹੋ ਸਕਦੀ ਐਵੇਂ ਇਹ ਗੱਲਾਂ ਅਸੀਂ ਗਲਤ ਕਰਦੇ ਹਾਂ ਹੁਣ ਤਾਂ ਲਿਬਰਲ ਵੀ ਆ ਗਏ ਤੀਜੀ ਪਾਰਟੀਆਂ ਇਸ ਕਰਕੇ ਹੁਣ ਕੈਨੇਡਾ 'ਚ ਹੋਇਆ ਚਾਰ ਤਿੰਨੋਂ ਪਾਰਟੀਆਂ 'ਚ ਸਿੱਖ ਜਿੱਤ ਗਏ ਉਹ ਅਸੀਂ ਕਿਵੇਂ ਰੋਕ ਸਕਦੇ ਹਾਂ ਸੋ ਯੂਨਿਟੀ ਸਿਆਸੀ ਨਹੀਂ ਹੋ ਸਕਦੀ ਯੂਨਿਟੀ ਹੋਏਗੀ ਸਿੱਖ ਦੇ ਧਾਰਮਿਕ ਕੰਮ ਸਿੱਖ ਦੇ ਸਮਾਜਿਕ ਸਿੱਖ ਦੇ ਆਰਥਿਕ ਉਹ ਤਿੰਨ ਚਾਰ ਜਿਹੜੇ ਉੱਥੇ ਸਿੱਖਾਂ ਦੀ ਯੂਨਿਟੀ ਕਰਵਾਓ ਅਸੀਂ ਜਦੋਂ ਉਹ ਕਹਿ ਕੇ ਨਾ ਕਾਂਗਰਸ ਹੀ ਆਉਂਦਾ ਹੀ ਕੋਈ ਨਹੀਂ ਜਦੋਂ ਅਸੀਂ ਕਹਿੰਦੇ ਏਕਤਾ ਉਹ ਕਦੇ ਮੈਰਿਜ ਬੁਲਾਉਂਦੇ ਹੀ ਨਹੀਂ ਪਹਿਲੀ ਗੱਲ ਤਾਂ ਸਾਡਾ ਬੇਸਿਕ ਸਿਧਾਂਤਕ ਕਿ ਵੀ ਯੂਨਿਟੀ ਲਈ ਇਹ ਫਿਰ ਕਿਵੇਂ ਆਉਣਗੇ ਜੀ ਅੱਜ ਤੁਸੀਂ ਬੁਲਾ ਲਓ ਜੇ ਅੰਮ੍ਰਿਤਸਰ ਮੀਟਿੰਗ ਕੋਈ ਕਾਂਗਰਸੀ ਆਏਗਾ ਮਹਾਰਾਜਾ ਪਟਿਆਲਾ ਆਏਗਾ ਸੋ ਫਿਰ ਜੇ ਬੁਲਾਓਗੇ ਹਾਂ ਜੀ ਅੱਜ ਮਸਲਾ ਇਸ ਗੱਲ ਲਈ ਉਹ ਆਉਣਗੇ ਸਾਰੇ ਹੁਣ ਹਰਕਿਸ਼ਨ ਸੁਰਜੀਤ ਵੀ ਸਿੱਖ ਸੀ ਦਾੜੀ ਕਰਕੇ 50 ਸਾਲ ਰਾਜ ਕਰ ਗਿਆ ਕਮਿਊਨਿਸਟ ਪਾਰਟੀ ਦਾ ਅਤੇ ਉਹ ਅਸੀਂ ਕਹੀਏ ਸਿੱਖ ਨਹੀਂ ਸੀ ਧਰਮ ਦੇ ਨਾਂ 'ਤੇ ਹੀ ਜਿਹੜੀ ਧਰਮ ਦੇ ਨਾਂ 'ਤੇ ਯੂਨਿਟੀ ਕਰਕੇ ਮਸਲੇ ਕਰੋ ਇਹਦੀ ਲੋੜ ਹੈ ਐਵੇਂ ਹਰ ਗੱਲ ਅਸੀਂ ਲੜਾਈ ਨੂੰ ਘਟਾਈਏ ਇਸ਼ਾਰਾ ਮਤ ਕੀਤੀ ਗੱਲ ਸਮਝਣ ਦੀ ਲੋੜ ਹੈ ਕਿ ਧਰਮ ਨੂੰ ਪ੍ਰਿਓਰਟੀ ਦਿੱਤੀ ਜਾਵੇ ਧਰਮ ਨੂੰ ਪਹਿਲਾਂ ਰੱਖਿਆ ਜਾਵੇ ਸਿਆਸਤ ਨੂੰ ਥੋੜ੍ਹਾ ਪਿੱਛੇ ਰੱਖਿਆ ਜਾਵੇ ਅਤੇ ਧਰਮ ਦੇ ਨਾਂ 'ਤੇ ਕੀਤਾ ਹੋਇਆ ਇਕੱਠ ਹੀ ਕੌਮ ਨੂੰ ਅਗਾਂਹ ਵਧਾ ਸਕਦਾ ਕੋਈ ਇਕੱਠ ਕਰੋ ਉਹਦੇ 'ਚ ਇਹ ਨਾ ਕਿਉਂ ਅਸੀਂ ਸਿਆਸੀ ਗੱਲ ਜਦੋਂ ਇਹ ਕਰੋਗੇ ਉਹ ਹੋਣਗੇ ਨਹੀਂ ਹਾਂਜੀ ਕੋਈ ਖਾਸ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਜਿਹੜੀ ਰਹਿ ਗਈ ਨਹੀਂ ਖਾਸ ਗੱਲ ਇਹ ਹੈ ਕਿ ਸਿੱਖੀ ਵਿਰਸਾ ਲੋਕ ਭੁੱਲ ਰਹੇ ਹਾਂਜੀ ਉਹਦੀ ਐਜੂਕੇਸ਼ਨ ਜ਼ਰੂਰ ਦਿਆ ਕਰੋ ਹਾਂਜੀ ਸਿੱਖਾਂ ਦੀ ਸਿਧਾਂਤ ਕੀ ਸੀ ਸਿੱਖਾਂ ਦਾ ਇਤਿਹਾਸ ਕੀ ਹੈ ਉਹ ਜ਼ਰੂਰ ਲੋਕਾਂ ਨੂੰ ਦੱਸੋ ਉਹ ਅਸੀਂ ਪ੍ਰਫੁੱਲਿਤ ਕਰੀਏ ਜਿੱਦਣ ਉਹ ਸਾਨੂੰ ਹੋਇਆ ਸਾਡੇ ਬੱਚੇ ਫਿਰ ਆਕੜ ਕੇ ਰਹਿਣਗੇ ਸਕੂਲ 'ਚ ਜਦੋਂ ਪਤਾ ਹੋਵੇਗਾ ਵੀ ਅਸੀਂ ਕੌਣ ਹਾਂ ਜੀ ਉਹਨਾਂ ਨੂੰ ਐਜੂਕੇਸ਼ਨ ਬਹੁਤ ਲੋੜ ਹੈ ਇਹ ਜਿਹੜੀ ਨਵੇਂ ਟੀ ਵੀ ਚੈਨਲ ਤੁਹਾਡਾ ਆ ਗਿਆ ਕਿਤਾਬਾਂ ਇਹ ਇਹਦੇ ਕੰਮ 'ਚ ਹਿੱਸਾ ਪਾਉਣ ਇਹਦੇ ਨਾਲ ਬੜਾ ਬੈਨੀਫਿਟ ਹੋਏਗਾ ਹਾਂਜੀ ਸਰਦਾਰ ਤਰਲੋਚਨ ਜੀ ਤੁਹਾਨੂੰ UK ਅਤੇ ਯੂਰਪ 'ਚ ਸਕਾਈ ਚੈਨਲ 847 ਤੋਂ ਸੰਗਤ TV ਤੋਂ ਦੁਨੀਆ ਸਿੱਧੇ ਤੌਰ 'ਤੇ ਦੇਖ ਰਹੀ ਹੈ ਪਰ ਇੰਟਰਨੈਟ ਦੇ ਰਾਹੀਂ ਸਾਰੇ ਸੰਸਾਰ ਭਰ ਦੇ ਵਿੱਚ ਤੁਹਾਡੀਆਂ ਗੱਲਾਂ ਨੂੰ ਸੁਣਿਆ ਜਾ ਸਕਦਾ ਹੈ ਸੰਗਤ TV ਦੇ ਰਾਹੀਂ ਸੰਗਤ TV ਦੇ ਸਾਰੇ ਦਰਸ਼ਕਾਂ ਨੂੰ ਦੁਨੀਆ ਭਰ ਫੈਲਣ ਕੀ ਸੁਨੇਹਾ ਦੇਣਾ ਚਾਹੋ ਕੁਛ ਸੁਨੇਹਾ ਜੀ ਕਿ ਬੜੀ ਵਧੀਆ ਚੈਨਲ ਚੱਲੀ ਹੈ ਮੈਂ ਤਾਂ ਕਮਿਊਨੀਕੇਸ਼ਨ ਦਾ ਬੰਦਾ ਪਬਲਿਕ ਰਿਲੇਸ਼ਨ ਦਾ ਸਿੱਖਾਂ 'ਚ ਇਹ ਘਾਟ ਰਹੀ ਹੈ ਅੱਜ ਮੁਸਲਮਾਨਾਂ ਕੋਲ 5 ਚੈਨਲ ਵਰਲਡ 'ਚ ਚੱਲਦੇ ਹਾਂਜੀ ਵਰਲਡ ਕ੍ਰਿਸਚੈਨਿਟੀ ਜਾਓ ਅਮੈਰੀਕਾ ਸਵੇਰੇ 2 ਘੰਟੇ ਹਰ ਚੈਨਲ ਕ੍ਰਿਸਚੈਨਿਟੀ ਦਿਖਾਉਂਦੇ ਸਿੱਖਾਂ ਦਾ ਇਸ ਪਾਸੇ ਘਾਟ ਰਹੀ ਅਸੀਂ ਪਬਲਿਸਿਟੀ ਨੂੰ ਸਿੱਖੀ ਪ੍ਰਚਾਰ ਦੇ ਮਾਧਿਅਮ ਬਣਾਉਣ ਫੇਲ ਹੋਏ ਸਾਡੀ ਇੰਗਰੇਜ਼ੀ 'ਚ ਲਿਟਰੇਚਰ ਹੈ ਨਹੀਂ ਸਾਡਾ ਇਹ ਜਿਹੜੀ ਚੈਨਲ ਹੈ ਸਿੱਖ ਇਹਦੇ 'ਚ ਪੈਸੇ ਪਾਓ ਕਹਿਣ ਜੀ 1 ਮਿਲੀਅਨ ਅਸੀਂ ਦਿਆਂਗੇ ਇਹਨੂੰ ਤੁਸੀਂ ਇੰਟਰਨੈਸ਼ਨਲ ਬਣਾਓ ਤਾਂ ਕਿ ਗੈਰ ਸਿੱਖ ਵੀ ਦੇਖੇ ਇਹਨੂੰ ਸਾਡੀਆਂ ਚੈਨਲ ਇੰਨੀਆਂ ਅਟਰੈਕਟਿਵ ਹੋਣ ਕਿ ਗੈਰ ਸਿੱਖ ਦੇਖ ਸਕਣ ਜੇ ਆਪੇ ਜੀ ਛੋਲ ਗੁਰਦੁਆਰੇ 'ਚ ਬਹਿ ਕੇ ਜਕਾਰੇ ਬੋਲੀ ਗਏ ਢੋਲਕੀ 'ਚ ਕਹਿੰਦੇ ਉਹ ਆਪਣੀ ਤਰੀਫਾਂ ਆਪ ਕਰੀ ਗਏ ਆਪ ਹੀ ਸੁਣ ਲਈਆਂ ਮੇਰੇ ਮਤਲਬ ਇਹ ਜਦ ਤੱਕ ਸਾਡੀ ਕਮਿਊਨੀਕੇਸ਼ਨ ਚੈਨਲ ਵਿਦ ਨਾਨ ਸਿੱਖ ਨਹੀਂ ਜਾ ਕੇ ਕਾਮਯਾਬ ਹੋਏਗੀ ਸਾਡੀ ਇਹ ਕਾਮਯਾਬੀ ਨਹੀਂ ਇਕੱਲੇ ਸਿੱਖਾਂ ਨੂੰ ਦਿਖਾਉਣਾ ਲੋੜ ਹੈ ਲੇਕਿਨ ਉਹ ਤੋਂ ਬਾਅਦ ਲੋੜ ਹੈ ਗੁਰੂ ਨਾਨਕ ਦਾ ਮੈਸੇਜ ਔਰ ਸਿੱਖ ਇਤਿਹਾਸ ਗੈਰ ਸਿੱਖਾਂ ਤੱਕ ਕਿਵੇਂ ਜਾਏਗਾ ਉਸ ਲਈ ਜਦ ਤੱਕ ਕੋਈ TV ਚੈਨਲ ਐਸੀਆਂ ਬਣਨ ਜਿਹਦੀ ਲੋਕ ਵੀ ਕਹਿੰਦੇ ਅਸੀਂ ਇਹ ਦੇਖ ਰਹੇ ਹਾਂ ਉਹ ਹੈ ਤੁਹਾਡਾ ਨਿਸ਼ਾਨਾ ਉਸ ਵੱਲ ਅੱਗੇ ਕਦਮ ਚੁੱਕੋ
ਅਤੇ ਸੰਗਤਾਂ ਕੋਲ ਬੜਾ ਪੈਸਾ ਹੈਗਾ ਲੈਣ ਵਾਲਿਆਂ ਕੋਲ, ਇੰਨੀ ਰੇਸ ਲੱਗੀ ਹੈ ਗੁਰਦੁਆਰੇ ਬਣਾਉਣ 'ਚ, ਇੰਨੇ ਉੱਤੇ ਖਰਚੇ ਹੁੰਦੇ ਨੇ ਗੁਰਦੁਆਰੇ ਇਲੈਕਸ਼ਨਾਂ 'ਤੇ, ਜਿੰਨਾ ਖਰਚਾ ਗੁਰਦੁਆਰੇ ਇਲੈਕਸ਼ਨ 'ਤੇ ਕਰਦੇ ਹੋ ਉਹ ਟੀ ਵੀ ਚੈਨਲ 'ਤੇ ਹੀ ਦੇ ਦੇਣ। ਬਿਲਕੁਲ ਸਰਦਾਰ ਤਰਲੋਚਨ ਸਿੰਘ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਜ਼ਿਆਦਾ ਧੰਨਵਾਦ, ਔਰ ਵਿਭਾਗ ਗੱਲਾਂ ਕਰਨ ਲਈ ਵੀ ਹਿਰਦੇ ਤੋਂ ਧੰਨਵਾਦ। ਸੰਗਤ ਟੀ ਵੀ ਦੇ ਸਾਰੇ ਦਰਸ਼ਕਾਂ ਨੂੰ ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।